ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਿਤਾ, ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੀ ਹਾਂ। ਮੇਰੀ ਮਨਪਸੰਦ ਗੱਲ ਹੋ ਰਹੀ ਹੈ, ਇੱਥੇ ਦੇ ਪੋਲੀਟੀਕਲ ਸਿਸਟਮ ਦੀ ਗੱਲ ਹੋ ਰਹੀ ਹੈ। ਐਂਡ ਜਦੋਂ ਇੱਥੇ ਦੇ ਪੋਲੀਟੀਕਲ ਸਿਸਟਮ ਦੀ ਗੱਲ ਆਉਂਦੀ ਹੈ ਅਤੇ ਵੋਟਿੰਗ, ਜੋ ਤੁਹਾਡਾ ਅਧਿਕਾਰ ਹੈ ਵੋਟ ਪਾਉਣ ਦਾ, ਉਹ ਸਭ ਤੋਂ ਅਹਿਮ ਇਸ ਪੂਰੇ ਸਿਸਟਮ ਦੇ ਵਿੱਚ ਬਣਦਾ ਹੈ। ਸਾਡੀ ਕਮਿਊਨਿਟੀ ਵਿੱਚ ਹਮੇਸ਼ਾ ਕਿਹਾ ਜਾਂਦਾ ਕਿ ਪੱਕੇ ਹੋ ਜਾਓ, ਪੱਕੇ ਹੋ ਜਾਓ, ਕਿਸੇ ਨਾ ਕਿਸ ਤਰ੍ਹਾਂ ਉੱਥੇ ਪਹੁੰਚ ਕੇ, ਭਾਵੇਂ ਤੁਸੀਂ ਇਲੀਗਲੀ ਪਹੁੰਚੋ, ਇਲੀਗਲੀ ਪਹੁੰਚੋ, ਬਸ ਪੱਕੇ ਹੋ ਜਾਓ। ਉਸ ਤੋਂ ਬਾਅਦ ਫਿਰ ਪੱਕੇ ਹੋਣ ਤੋਂ ਬਾਅਦ ਤੁਸੀਂ ਇੱਥੇ ਦੇ ਸਿਸਟਮ ਨੂੰ ਸਿੱਖੋ, ਇੱਥੇ ਵੋਟ ਪਾਓ। ਇਹ ਸਾਰੀ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ, ਇਹਦੀ ਗੱਲ ਕਰਾਂਗੇ। ਬਟ ਫਸਟ ਕੁਛ ਇੰਪੋਰਟੈਂਟ ਹੈਡਲਾਈਨਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਅੱਜ ਇੱਕ ਬਹੁਤ, ਮੈਂ ਕਹਾਂਗੀ, ਇੰਪੋਰਟੈਂਟ ਅਕੋਂਪਲਿਸ਼ਮੈਂਟ ਹੋਈ US ਗਵਰਨਮੈਂਟ ਦੇ ਵਿੱਚ। ਇਹ ਇੱਕ ਬਾਈ ਪਾਰਟੀਜ਼ਨ, ਦੋਨੋਂ ਪਾਰਟੀਜ਼ ਵੱਲੋਂ ਇਹ ਅਕੋਂਪਲਿਸ਼ਮੈਂਟ ਅੱਜ ਹੋਈ। ਜੋ ਬਾਈਡਨ, ਪ੍ਰੈਜ਼ੀਡੈਂਟ ਬਾਈਡਨ ਦਾ ਤੁਸੀਂ ਕਹਿ ਲਓ, ਜੋ ਉਹਨਾਂ ਦੀ ਇੱਕ ਬਹੁਤ ਵੱਡੀ ਕੈਂਪੇਨ ਪ੍ਰੋਮਿਸ ਸੀਗਾ ਕਿ ਇਨਫਰਾਸਟ੍ਰਕਚਰ, ਇਸ ਕੰਟਰੀ ਦਾ ਜੋ ਇਨਫਰਾਸਟ੍ਰਕਚਰ ਹੈ ਉਹ ਕਿੰਨੇ ਸਮੇਂ ਤੋਂ ਨਿਗਲੈਕਟ ਹੋ ਰਿਹਾ, ਉਹਨੂੰ ਨਾ ਕੋਈ ਫੰਡਿੰਗ, ਨਾ ਕੋਈ ਮੇਨਟੇਨੈਂਸ, ਨਾ ਅਪਡੇਟਿੰਗ ਹੋ ਰਹੀ, ਕਿੰਨੇ ਸਾਲਾਂ ਤੋਂ ਬ੍ਰੇਕਡਾਊਨ ਹੋ ਰਿਹਾ ਹੈ। ਉਸ ਚੀਜ਼ ਨੂੰ ਲੈ ਕੇ ਅੱਜ ਬੋਥ ਰਿਪਬਲਿਕਨਸ ਐਂਡ ਡੈਮੋਕ੍ਰੈਟਸ, ਦੋਨੋਂ ਪਾਰਟੀਆਂ ਨੇ ਕੁਛ ਮੇਨ ਚੀਜ਼ਾਂ 'ਤੇ ਅਗਰੀ ਕੀਤਾ। ਜ਼ਿਆਦਾ ਡਿਟੇਲਸ ਨਹੀਂ ਹਲੇ ਫਾਈਨਲਾਈਜ਼ ਹੋਈ, ਪ੍ਰਾਈਸ ਟੈਗ ਫਾਈਨਲਾਈਜ਼ ਹੋਇਆ, ਕਿੰਨੀ ਇਹਦੀ ਕੋਸਟ ਹੋਏਗੀ, $1 trillion ਵਿਦ ਅ ਟੀ, ਅਤੇ ਕਿੰਨਾ ਕੁ ਸਕੋਪ ਹੋਏਗਾ ਇਸ ਇਨਫਰਾਸਟ੍ਰਕਚਰ ਬਿੱਲ ਦਾ, ਇਹ ਚੀਜ਼ ਡਿਸਾਈਡ ਹੋਈ। ਵੰਸ ਅਗੇਨ ਇਹ ਬਹੁਤ ਵੱਡੀ ਅਕੋਂਪਲਿਸ਼ਮੈਂਟ ਹੈਗੀ, ਬਿਕੋਜ਼ ਇਹਦੇ ਵਿੱਚ ਦੋਨੋਂ ਪਾਰਟੀਜ਼ ਜਿੱਥੇ ਬਿਲਕੁਲ ਅਗਰੀ ਨਹੀਂ ਕਰ ਰਹੀਆਂ ਸੀ, ਮੋਟੀ ਮੋਟੀ ਵੱਡੀ ਚੀਜ਼ਾਂ 'ਤੇ ਉਹਨਾਂ ਨੇ ਹੁਣ ਸਹਿਮਤੀ ਕਰ ਲਈ ਹੈ। ਐਂਡ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ, ਇਹ ਕਿਉਂ ਅੱਜ ਦੀ ਡੇਟ ਦੇ ਵਿੱਚ ਇੰਪੋਰਟੈਂਟ ਹੈ। ਸਿਰਫ ਅੱਜ ਦੀ ਹੀ ਨਿਊਜ਼ ਹੈ, ਤੁਸੀਂ ਜ਼ਰੂਰ ਸੁਣੀ ਹੋਣੀ ਹੈ, ਇਫ ਨਾਟ ਮੈਂ ਤੁਹਾਨੂੰ ਦੱਸ ਦੇਵਾਂ। ਮਾਇਆਮੀ ਦੇ ਵਿੱਚ, ਫਲੋਰੀਡਾ ਸਟੇਟ ਮਾਇਆਮੀ ਸ਼ਹਿਰ ਦੇ ਵਿੱਚ ਇੱਕ ਹਾਈ ਰਾਈਜ਼ ਬਿਲਡਿੰਗ ਅੱਜ ਕੋਲੈਪਸ ਹੋ ਗਈ। ਉਹਦੇ ਵਿੱਚ ਦੇਰ ਇਜ਼ ਸਮ ਡੈਥਸ ਰਿਪੋਰਟਡ, ਕੁਛ ਲੋਕ ਦੀ ਜਾਨਾਂ ਵੀ ਗਈਆਂ, ਐਂਡ ਆਲਮੋਸਟ 100 ਲੋਕ ਹਲੇ ਵੀ ਮਿਸਿੰਗ ਹੈਗੇ। ਇਹ ਬਿਲਡਿੰਗ ਕੋਲੈਪਸ ਹੋਣ ਤੋਂ ਬਾਅਦ ਲੋਕ ਹਲੇ ਵੀ ਦਬੇ ਹੋਏ ਹੈ ਬਿਲਡਿੰਗ ਹੇਠ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਇਨਫਰਾਸਟ੍ਰਕਚਰ ਬਿੱਲ ਪਾਸ ਹੋ ਰਿਹਾ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ, ਕੁਛ ਹਫ਼ਤਿਆਂ ਦੀ ਪਹਿਲੇ ਦੀ ਗੱਲ ਹੈ ਕਿ ਇੱਕ ਬਹੁਤ ਇੰਪੋਰਟੈਂਟ ਬ੍ਰਿਜ, ਸ਼ਾਇਦ ਤੁਹਾਨੂੰ ਯਾਦ ਹੋਣਾ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਵਰ ਵੀ ਕੀਤਾ ਸੀ, ਬਹੁਤ ਇੰਪੋਰਟੈਂਟ ਬ੍ਰਿਜ ਸਾਊਥ ਦੇ ਵਿੱਚ, ਉਸ ਬ੍ਰਿਜ ਨੂੰ ਜਿਹਦੇ ਉੱਤੇ ਕਾਫੀ ਟਰਾਂਸਪੋਰਟ ਜਾਂਦਾ ਸੀ, ਇੱਕ ਲਿੰਕ ਸੀਗਾ ਉਹ ਬ੍ਰਿਜ, ਉਸ ਬ੍ਰਿਜ ਨੂੰ ਸ਼ਟਡਾਊਨ ਕਰਨਾ ਪਿਆ ਬਿਕੋਜ਼ ਉਹਦੇ ਵਿੱਚ ਇੱਕ ਬਹੁਤ ਵੱਡਾ ਕਰੈਕ ਆ ਗਿਆ ਸੀ ਉਹਦੀ ਫਾਊਂਡੇਸ਼ਨ ਦੇ ਵਿੱਚ। ਸੋ ਜੋ ਇਨਫਰਾਸਟ੍ਰਕਚਰ ਦਾ ਬਿੱਲ ਹੈ, ਚਾਹੇ ਉਹ ਤੁਹਾਡੀ ਰੋਡਸ, ਤੁਹਾਡੀ ਟਰਾਂਸਪੋਰਟੇਸ਼ਨ, ਤੁਹਾਡੇ ਬ੍ਰਿਜਿਸ, ਇਨ ਚੀਜ਼ਾਂ 'ਤੇ ਫੋਕਸ ਕਰੂਗਾ, ਐਜ ਵੈਲ ਐਜ ਅਦਰ ਥਿੰਗਸ, ਐਨਰਜੀ ਐਫੀਸ਼ੀਐਂਸੀ, ਰਾਈਟ, ਕਿ ਕਿਸ ਤਰ੍ਹਾਂ ਗੈਸ ਐਫੀਸ਼ੀਐਂਟ ਵਹੀਕਲਸ, ਇਹੋ ਜਿਹੀ ਚੀਜ਼ਾਂ ਹੋਰ ਯੂਜ ਹੋ ਸਕਦੀਆਂ ਕੰਟਰੀ ਦੇ ਵਿੱਚ, ਅਤੇ ਕਿਸ ਤਰ੍ਹਾਂ ਗਵਰਨਮੈਂਟ ਆਪਣੇ ਵੱਲੋਂ ਥੋੜ੍ਹਾ ਖਰਚਾ ਕਰਕੇ ਲੋਕਾਂ ਨੂੰ ਹੋਰ ਐਨਰਜੀ ਐਫੀਸ਼ੀਐਂਟ ਬਣਾ ਸਕਦੀ ਹੈ। ਸੋ ਇਹ ਸਾਰੀ ਚੀਜ਼ਾਂ ਇਸ ਬਿੱਲ ਦੇ ਵਿੱਚ ਉਮੀਦ ਹੈ ਕਿ ਇਨਕਲੂਡਿਡ ਹੋਣਗੀਆਂ। ਬਟ ਇਹ ਬਹੁਤ ਇੰਪੋਰਟੈਂਟ ਫਸਟ ਸਟੈਪ ਸੀਗਾ ਕਿ ਦੋਨੋਂ ਪਾਰਟੀਜ਼ ਨੇ ਐਗਰੀ ਕੀਤਾ ਕਿ ਯੈਸ, ਇਹ ਬਿੱਲ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ। ਬਟ ਕਮਿੰਗ ਟੂ ਆਰ ਮੇਨ ਮੁੱਦਾ, ਜੋ ਅੱਜ ਦਾ ਮੁੱਦਾ ਹੈਗਾ, ਜਿਸ ਨੂੰ ਤੁਹਾਨੂੰ ਕੱਲ੍ਹ ਦੱਸਿਆ ਸੀ, ਵੋਟਿੰਗ ਰਾਈਟਸ ਲੈਜਿਸਲੇਸ਼ਨ ਨੂੰ ਲੈ ਕੇ ਡੈਮੋਕਰੈਟਸ ਦੀ ਇਹ ਲੈਂਡਮਾਰਕ ਲੈਜਿਸਲੇਸ਼ਨ ਸੀਗੀ, ਉਹ 2019 ਤੋਂ ਇਸ ਚੀਜ਼ 'ਤੇ ਕੰਮ ਕਰ ਰਿਹਾ। ਵੋਟਿੰਗ ਰਾਈਟਸ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਜੋ ਨਵੰਬਰ 2020 ਦਾ ਇਲੈਕਸ਼ਨ ਸੀਗਾ, ਉਹ ਇੰਨੀ ਸੁਪਰ ਮੈਜੋਰਿਟੀ ਦੇ ਗਿਆ ਡੈਮੋਕਰੈਟਸ ਨੂੰ। ਜਿਸ ਤਰ੍ਹਾਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਇੱਕ ਪੋਲੀਟੀਸ਼ੀਅਨ ਸਟੇਸੀ ਏਬਰਮਸ, ਜੋਰਜੀਆ ਦੀ ਫੋਰਮਰ ਕਾਂਗਰਸਵੂਮੈਨ, ਉਹ ਸੈਨੇਟਰ ਲਈ ਵੀ ਰਨ ਕੀਤੀ ਸੀ, ਐਕਸਕਿਊਜ਼ ਮੀ, ਗਵਰਨਰ ਲਈ, ਸਟੇਸੀ ਏਬਰਮਸ ਨੇ ਅਕੇਲੇ ਹੀ ਆਪਣੀ ਸਟੇਟ ਦੇ ਵਿੱਚ 8 ਲੱਖ ਨਿਊ ਵੋਟਰਸ ਨੂੰ ਰਜਿਸਟਰ ਕੀਤਾ, 800,000 ਨਿਊ ਵੋਟਰਸ ਇੱਕ ਔਰਤ ਨੇ ਅਕੇਲੇ ਆਪਣੀ ਟੀਮ ਦੇ ਨਾਲ ਰਜਿਸਟਰ ਕੀਤੇ। ਸੋ ਯੂ ਕੈਨ ਇਮੈਜਿਨ ਕਿ ਵੋਟਿੰਗ ਰਾਈਟਸ ਕਿੰਨੀ ਵੱਡੀ ਅਹਿਮੀਅਤ ਰੱਖਦੀ ਹੈ ਡੈਮੋਕਰੈਟਸ ਦੇ। ਇਹ ਲੈਜਿਸਲੇਸ਼ਨ ਨੂੰ ਅੱਗੇ ਲੈ ਕੇ ਆਏ, ਇਸ ਲੈਜਿਸਲੇਸ਼ਨ ਨੂੰ ਰਿਪਬਲਿਕਨ ਸਾਈਡ ਨੇ ਕੱਲ੍ਹ ਰੋਕ ਲਾਤੀ। ਰੋਕ ਇਸ ਕਰਕੇ ਲਾਈ ਬਿਕੋਜ਼, ਜਿਸ ਤਰ੍ਹਾਂ ਤੁਸੀਂ ਕੱਲ੍ਹ ਸਾਡੇ ਰਿਪਬਲਿਕਨ ਕਮੈਂਟੇਟਰ ਤੋਂ ਸੁਣਿਆ ਸੀ ਕਿ ਇਹਦੇ ਵਿੱਚ ਕਾਫੀ ਇਸ਼ੂਜ਼ ਆ ਰਿਪਬਲਿਕਨ ਪਾਰਟੀ ਦੇ, ਤੁਸੀਂ ਕਹਿ ਲਓ, ਓਪੀਨੀਅਨ ਦੇ ਵਿੱਚ, ਇਨਕਲੂਡਿੰਗ ਫਰੋਡ, ਇਨਕਲੂਡਿੰਗ ਯੂ ਨੋ ਕਿ ਸ਼ਾਇਦ ਇਹ ਵੋਟਿੰਗ ਸਿਸਟਮ ਦੇ ਵਿੱਚ ਕੁਛ ਇਹੋ ਜਿਹੀ ਚੀਜ਼ਾਂ ਅਲਾਓ ਕਰਦਾ ਜੋ ਅਲਾਓ ਨਹੀਂ ਹੋਣੀਆਂ ਚਾਹੀਦੀਆਂ। ਬਟ ਵੋਟਿੰਗ ਰਜਿਸਟ੍ਰੇਸ਼ਨ ਨੂੰ ਲੈ ਕੇ ਆਫਕੋਰਸ ਇਹ ਡੈਮੋਕਰੈਟਸ ਦਾ ਲੈਂਡਮਾਰਕ ਲੈਜਿਸਲੇਸ਼ਨ ਹੈ। ਸੋ
ਅੱਜ ਮੈਂ ਇੱਕ ਡੈਮੋਕ੍ਰੈਟਿਕ ਪਰਸਪੈਕਟਿਵ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਕਿਤੇ ਨਾ ਜਾਓ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਡੈਮੋਕ੍ਰੈਟਸ ਦਾ ਕੀ ਕਹਿਣਾ ਹੈ, ਨਾ ਕਿ ਸਿਰਫ ਕਿਉਂ ਇਹ ਲੈਜਿਸਲੇਸ਼ਨ ਉਹਨਾਂ ਲਈ ਇੰਨੀ ਅਹਿਮੀਅਤ ਰੱਖਦੀ ਹੈ, ਬਟ ਹੁਣ ਜਦੋਂ ਇਹ 'ਤੇ ਰੋਕ ਲਾਤੀ ਹੈ, ਵਾਟਸ ਨੈਕਸਟ? ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਕੱਲ੍ਹ ਦਾ ਟੋਪਿਕ ਆਪਾਂ ਅੱਜ ਕੰਟੀਨਿਊ ਕਰ ਰਹੇ ਹਾਂ, ਵੋਟਿੰਗ ਰਾਈਟਸ ਦੀ ਲੈਜਿਸਲੇਸ਼ਨ ਨੂੰ ਲੈ ਕੇ ਯੂਨਾਈਟਿਡ ਸਟੇਟਸ ਦੇ ਵਿੱਚ ਰਿਪਬਲਿਕਨ ਡੈਮੋਕ੍ਰੈਟਸ ਦਾ ਸ਼ੋਅ ਆਫ ਜੋ ਹੋ ਰਿਹਾ ਹੈ। ਡੈਮੋਕ੍ਰੈਟਸ ਈਵਨ ਦੋ ਕੰਟਰੋਲ ਕਰਦੇ ਹੈ ਤਿੰਨੋਂ ਹਾਊਸਿਸ ਆਫ ਗਵਰਨਮੈਂਟ, ਵਾਈਟ ਹਾਊਸ, ਸੈਨੇਟ ਐਂਡ ਦ ਕਾਂਗਰਸ, ਫਿਰ ਵੀ ਜੋ ਉਹਨਾਂ ਦੀ ਮੇਨ ਤੁਸੀਂ ਕਹਿ ਲਓ ਲੈਂਡਮਾਰਕ ਵੋਟਿੰਗ ਰਾਈਟਸ ਲੈਜਿਸਲੇਸ਼ਨ ਹੈਗੀ, ਰਿਪਬਲਿਕਨਸ ਨੇ ਡਿਨਾਈ ਕਰਤੀ ਹੈ। ਕੱਲ੍ਹ ਤੁਹਾਨੂੰ ਕੰਸਰਵੇਟਿਵ ਅਤੇ ਰਿਪਬਲਿਕਨ ਪਰਸਪੈਕਟਿਵ ਦਿੱਤਾ ਸੀ ਇਸ ਸਾਰੇ ਮੁੱਦੇ 'ਤੇ, ਅਤੇ ਅੱਜ ਆਫਕੋਰਸ ਇਨ ਰਿਸਪਾਂਸ ਡੈਮੋਕ੍ਰੈਟਿਕ ਪਰਸਪੈਕਟਿਵ ਵੀ ਸੁਣਨਾ ਇੱਥੇ ਬਿਲਕੁਲ ਬੰਦ ਹੈ। So it gives me great pleasure jo sade aj de guest han unna nu program de vich swagat karde hoye, because eh lagatar sade naal jud ke sanu ek young political force te political commentary khas karke democratic side to provide karde hai ek bari fir joining us on the show, please join me in welcoming Mansimran Singh Kalo from Virginia. Mansimran ji, toda program de vich swagat, sat sri akal. ਸਿੰਪਲ ਸ਼ਬਦਾਂ ਚ ਐਕਸਪਲੇਨ ਕਰਦੇ ਹੋ ਸਾਡੇ ਵਿਊਅਰਸ ਲਈ, ਤੇ ਖਾਸ ਕਰਕੇ ਜਿੱਥੇ ਡੈਮੋਕ੍ਰੈਟਿਕ ਪਰਸਪੈਕਟਿਵ ਆਉਂਦਾ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਦੇ ਹੋ। ਮਨਸਿਮਰਨ, ਸਭ ਤੋਂ ਪਹਿਲੇ ਤਾਂ ਯੂ ਨੋ ਆਈ ਵਾਂਟ ਟੂ ਸਟਾਰਟ, ਤੁਸੀਂ ਵੀ ਪੋਲਿਟਿਕਸ ਦੇ ਵਿੱਚ ਪ੍ਰੀਵੀਅਸਲੀ ਇਨਵੋਲਵਡ ਰਹੇ ਹੋ, ਹਲੇ ਵੀ ਤੁਸੀਂ ਕਾਫੀ ਇਨਵੋਲਵਡ ਹੋ, ਯੂ ਨੋ ਵੈਦਰ ਇਟਸ ਫੰਡ ਰੇਜ਼ਿੰਗ ਔਰ ਸਪੋਰਟਿੰਗ ਕੈਂਡੀਡੇਟਸ ਵਰਜੀਨੀਆ ਦੇ ਏਰੀਆ ਦੇ ਵਿੱਚ, ਜੋ ਇੱਕ ਕਿਸਮ ਦਾ ਪੋਲੀਟੀਕਲ ਗੜ ਹੈ ਇਸ ਕੰਟਰੀ ਦਾ, ਡੀ ਸੀ ਮੈਰਲਿਨ ਵਰਜੀਨੀਆ ਏਰੀਆ, ਤੁਸੀਂ ਉੱਥੇ ਬਿਲੋਂਗ ਕਰਦੇ ਹੋ। ਮਨਸਿਮਰਨ, ਯੂ ਨੋ ਜਦੋਂ ਆਈ ਵਾਂਟ ਟੂ ਗੋ ਅ ਲਿਟਲ ਬਿਟ ਫਰਦਰ ਬੈਕ ਬਿਫੋਰ ਇਹ ਜੋ ਵੋਟਿੰਗ ਲੈਜਿਸਲੇਸ਼ਨ ਤੇ ਫੋਰ ਦ ਪੀਪਲ ਐਕਟ ਤੇ ਇਸ ਹਫਤੇ ਵੋਟ ਹੋਈ ਹੈ, ਯੂ ਨੋ ਲੈਟਸ ਗੋ ਬੈਕ ਟੂ ਜਨੁਅਰੀ, ਰਾਈਟ? ਜਨੁਅਰੀ ਦੇ ਵਿੱਚ ਜਦੋਂ ਅਫੀਸ਼ੀਅਲ ਆਪਾਂ ਕਹਿ ਸਕਦੇ ਹਾਂ ਓਥ ਹੋ ਜਾਂਦੀ ਹੈ, ਪ੍ਰੈਜ਼ੀਡੈਂਟ ਬਾਈਡਨ ਆਫਿਸ ਵਿੱਚ ਆ ਜਾਂਦੇ ਹੈ, ਯੂ ਨੋ ਦ ਨਿਊ ਇਲੈਕਟਿਡ ਅਫੀਸ਼ੀਅਲਸ ਆਪਣੀ ਪੋਜੀਸ਼ਨਸ ਰਿਜ਼ੂਮ ਕਰ ਲੈਂਦੇ ਹੈ, ਯੂ ਨੋ ਡੈਮੋਕ੍ਰੈਟਸ ਹੈਵ ਕੰਟਰੋਲ ਆਫ ਵਾਂਸ ਅਗੇਨ ਦ ਵਾਈਟ ਹਾਊਸ, ਦ ਸੈਨੇਟ ਐਂਡ ਕਾਂਗਰਸ। ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਿ ਆਪਾਂ ਕੀ ਕੁਛ ਕਰਨਾ ਹੈ ਇਸ ਮੈਜੋਰਿਟੀ ਦੇ ਨਾਲ? ਦੇਖੋ, ਜਿਹੜੀ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਇਲੈਕਸ਼ਨ ਸੀਗੀ, ਉਹਦਾ ਜਿਹੜਾ ਮੇਨ ਏਜੰਡਾ ਕਹਿ ਸਕਦਾ ਮੈਂ, ਜਾਂ ਮੰਤਵ ਜਿਸ ਪਲੈਟਫਾਰਮ ਤੇ ਉਹ ਲੜੇ ਅਤੇ ਜਿੱਤੇ, ਜਿਸ ਪਲੈਟਫਾਰਮ ਦੇ ਵਿੱਚ ਪਹਿਲੀ ਵਾਰੀ ਹਿਸਟਰੀ ਦੇ ਵਿੱਚ 75 ਮਿਲੀਅਨ ਵੋਟ ਅਮੈਰੀਕਨ ਪਾਪੂਲੇਸ਼ਨ ਨੇ ਕਿਸੇ ਪ੍ਰੈਜ਼ੀਡੈਂਟ ਨੂੰ ਦਿੱਤੀ, ਉਹ ਪਲੈਟਫਾਰਮ ਸੀਗਾ ਮੈਡੀਕੇਅਰ ਫੋਰ ਆਲ, ਉਹ ਪਲੈਟਫਾਰਮ ਸੀਗਾ ਵੋਟਿੰਗ ਰਾਈਟਸ ਦਾ, ਉਹ ਪਲੈਟਫਾਰਮ ਸੀਗਾ ਸਟੂਡੈਂਟ ਲੋਨ ਕੈਂਸਲੇਸ਼ਨ ਦਾ, ਉਹ ਪਲੈਟਫਾਰਮ ਸੀਗਾ ਇਨਵੈਸਟਿੰਗ ਇਨ ਅਮੈਰੀਕਾਸ ਇਨਫਰਾਸਟ੍ਰਕਚਰ, ਟੁੱਟਦੇ ਹੋਏ ਬ੍ਰਿਜ, ਪੁਲ ਜਿੰਨੇ ਵੀ ਆਪਣੇ ਹੈਗੇ ਆ, ਸੜਕਾਂ ਨੇ, ਵੱਡੇ ਵੱਡੇ ਹਾਈਵੇਜ਼ ਨੇ, ਇਹਨਾਂ ਨੂੰ ਰੀਬਿਲਡ ਕਰੀਏ ਟੈਕਨੋਲੋਜੀ ਦੇ ਨਾਲ। ਇਹ ਸਾਰੇ ਜਿਹੜੇ ਮੇਨ ਮੁੱਦੇ ਸੀਗੇ ਇਲੈਕਸ਼ਨ ਦੇ, ਪੋਲੀਟਿਕਸ ਤੋਂ, ਜਿਹੜੀ ਜਨੈਰਿਕ ਪੋਲੀਟਿਕਸ ਤੋਂ ਪਰੇ ਹਟ ਕੇ ਇਹ ਮੁੱਦੇ ਦੇਸ਼ ਨੂੰ ਇੱਕ ਜਨਰਲ ਪੋਲੀਟਿਕਸ ਤੋਂ ਪਰੇ ਹੋ ਕੇ ਜਨਰਲ ਜਿਹੜੀ ਸੋਧ ਆ ਜਿਹੜੀ ਉਹ ਕਰਨ ਵਾਸਤੇ ਇਹ ਕੈਂਪੇਨ ਲੜੀ ਗਈ ਸੀ। ਤੇ ਵੈਨ ਦ ਡੈਮੋਕ੍ਰੈਟਿਕ ਮੈਜੋਰਿਟੀ ਇਨ ਆਲ ਥ੍ਰੀ ਵਿੰਗਸ, ਪੰਜਾਬੀ ਸਰੋਤਿਆਂ ਵਾਸਤੇ ਦੱਸ ਦੇਵਾਂ ਕਿ ਅਮੈਰੀਕਨ ਗਵਰਨਮੈਂਟ ਦੇ ਤਿੰਨ ਪਿੱਲਰ ਨੇ ਜੀ। ਇੱਕ ਤੁਹਾਡਾ ਸੰਸਦ ਆ, ਜਿਹਨੂੰ ਅਸੀਂ ਪੰਜਾਬੀ 'ਚ ਸੰਸਦ ਕਹਿ ਦਿੰਦੇ ਹਾਂ, ਪਰ ਉਹ ਪਾਰਲੀਮੈਂਟ ਨਹੀਂ ਗਾ, ਸਾਡਾ ਕਾਂਗਰਸ ਆ, ਰਾਈਟ? ਸੈਨੇਟ ਆ, ਹਾਊਸ ਆ। ਇੱਕ ਸਾਡਾ ਪਿੱਲਰ ਹੈਗਾ ਵਾਈਟ ਹਾਊਸ, ਅਤੇ ਇੱਕ ਪਿੱਲਰ ਹੈਗਾ ਸੁਪਰੀਮ ਕੋਰਟ। ਸੋ ਆਪਾਂ ਸਿਰਫ ਫਿਰ ਉਹ ਇਹਨਾਂ ਦੇ ਵਿੱਚ ਇੱਕ ਜਿਹੜਾ ਕਾਂਗਰਸ ਆ ਉਹ ਡਾਈਸੈਕਟ ਹੋ ਜਾਂਦੀ ਆ, ਤੁਹਾਡੇ ਕੋਲ ਸੈਨੇਟ ਆ, ਹਾਊਸ ਆ ਅਤੇ ਵਾਈਟ ਹਾਊਸ ਆ। ਇਹ ਤਿੰਨ ਬਾਡੀਜ਼ ਆਪਸ ਦੇ ਵਿੱਚ ਕੰਮ ਕਰਕੇ ਲਾਜ਼ ਲਿਆਉਂਦੀਆਂ ਨੇ, ਲਾਜ਼ ਨੂੰ ਬਣਾਉਂਦੀਆਂ ਨੇ, ਅਤੇ ਬਹਿਸ ਚੱਲਦੀ ਆ ਕਿ ਲਾਅ ਕਿਹੋ ਜਿਹੇ ਬਣਨੇ ਚਾਹੀਦੇ ਨੇ।
ਇਹ ਤਿੰਨਾਂ ਜਿਹੜੇ ਤਿੰਨੋਂ ਜਿਹੜੇ ਇਹ ਪਲੇਟਫਾਰਮ ਨੇ ਉਹ ਇਸ ਵੇਲੇ ਡੈਮੋਕ੍ਰੈਟਿਕ ਮੈਜੋਰਿਟੀ ਜਿਹੜੀ ਆ ਉਹ ਹੈਗੀ ਆ, ਸੈਨੇਟ ਵਿੱਚ ਵੀ ਹੈਗੀ ਆ, ਹਾਊਸ ਵਿੱਚ ਵੀ ਹੈਗੀ ਆ, ਅਤੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਤਾਂ ਹੈ ਹੀ। ਸੋ ਉਮੀਦ ਇਹ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਤਿੰਨੋਂ ਹੀ ਪਲੇਟਫਾਰਮਸ ਹੋਣ ਤਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਮੰਤਵ ਆ, ਏਜੰਡਾ ਆ, ਉਹ ਤੁਸੀਂ ਆਪਣਾ ਕੈਰੀ ਆਊਟ ਕਰ ਸਕੋ। ਜਿਵੇਂ ਕਿ ਅੱਜ ਦੀ ਰੇਟ ਦੇ ਵਿੱਚ ਇੰਡੀਆ 'ਚ ਬੀਜੇਪੀ ਕਰ ਰਹੀ ਹੈ, ਮੈਂ ਸਮਾਂਤਰ ਕੰਪੈਰੀਜ਼ਨ ਦੇ ਦੇਵਾਂ ਨਾਲ ਦੇ ਨਾਲ ਵੀ, ਇੰਡੀਆ ਦੇ ਵਿੱਚ ਜਿਵੇਂ ਬੀਜੇਪੀ ਬਿਲਕੁਲ ਵੀ ਕਿਸੇ ਹੋਰ ਪਾਰਟੀ ਦੀ ਵਿਚਾਰ ਨਹੀਂ ਸੁਣ ਰਹੀ ਹੈਗੀ, ਕੋਈ ਆਪੋਜੀਸ਼ਨ ਮੈਟਰ ਨਹੀਂ ਕਰਦੀ, 200 ਤੋਂ ਉੱਤੇ ਕਿਸਾਨ ਮਰ ਚੁੱਕਾ ਆ, ਦਿੱਲੀ ਦੇ ਵਿੱਚ ਸ਼ਹੀਦ ਹੋ ਚੁੱਕਾ ਮੈਂ ਕਹੂੰਗਾ, ਆਪਣੀਆਂ ਮੰਗਾਂ ਵਾਸਤੇ ਹੱਕਾਂ ਵਾਸਤੇ ਉੱਥੇ ਲੜ ਭਿੜ ਰਹੇ ਨੇ। ਅੱਜ ਵੀ 500 ਤੋਂ ਉੱਤੇ ਦਿਨ ਹੋ ਚੁੱਕਾ, ਸੋਰੀ 200 ਤੋਂ ਉੱਤੇ ਦਿਨ ਹੋ ਚੁੱਕੇ ਨੇ ਉੱਥੇ, ਪਰ ਬੀਜੇਪੀ ਕੋਈ ਦੇ ਡੋਂਟ ਕੇਅਰ ਕਿ ਆਪੋਜੀਸ਼ਨ ਕੀ ਕਹਿ ਰਹੀ ਹੈ। ਕਿਉਂ? ਕਿਉਂਕਿ ਮੈਜੋਰਿਟੀ ਸੀਟਾਂ ਉਹਨਾਂ ਦੇ ਕੋਲ ਹੈਗੀਆਂ ਨੇ, ਉਹ ਉਹਨਾਂ ਦਾ ਪ੍ਰਾਈਮ ਮਿਨਿਸਟਰ ਆ, ਉਹਨਾਂ ਦੀ ਪਾਰਲੀਮੈਂਟ ਆ, ਉਹ ਜੋ ਮਰਜ਼ੀ ਕਰਦੇ ਆ। ਸੇਮ ਚੀਜ਼ ਅਗਰ ਡੈਮੋਕਰੈਟਸ ਦਾ ਮੈਂ ਕਹੂੰਗਾ ਵੀ ਇੱਕ ਦਾ ਜਿਹੜਾ ਰੋਲ ਆ, ਜਿਹੜਾ ਕਿੱਤਾ ਆ, ਜਿਹੜਾ ਸਾਡੀ ਜਿਹੜੀ ਸੋਚ ਆ, ਜੇ ਉਹਨਾਂ ਵਰਗੀ ਹੋਵੇ ਜਾਂ ਰਿਪਬਲਿਕਨਸ ਵਰਗੀ ਹੋਵੇ ਤੇ ਅੱਜ ਡੈਮੋਕਰੈਟਸ ਵੀ ਇਹੀ ਕਰਨ, ਰੈਮ ਥਰੂ ਕਰਨ ਆਲ ਸਾਰੇ ਬਿੱਲ ਜੋ ਮਰਜ਼ੀ ਕਰਨ। ਪਰ ਡੈਮੋਕਰੈਟਸ ਅਗੇਨ, ਪ੍ਰੈਜ਼ੀਡੈਂਟ ਬਾਈਡਨ ਦਾ ਇਹ ਮੈਸੇਜ ਸੀਗਾ ਇਲੈਕਸ਼ਨਾਂ ਵੇਲੇ ਵੀ ਕਿ ਅਸੀਂ ਰਲ ਮਿਲ ਕੇ ਕੰਮ ਕਰਨਾ ਆ, ਹੀ ਇਜ਼ ਅ ਸੈਂਟਰਿਸਟ ਟਾਈਪ ਆਫ ਪ੍ਰੈਜ਼ੀਡੈਂਟ, ਤੇ ਇਹ ਮੇਰੇ ਖਿਆਲ ਹੀ ਉਹ ਰੋਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਰਿਪਬਲਿਕਨਸ ਉਹਨਾਂ ਨੂੰ ਉਹ ਰੋਲ ਨਿਭਾਉਣ ਨਹੀਂ ਦੇ ਰਹੇ ਹੈਗੇ। ਦੇ ਰਿਪਬਲਿਕਨਸ ਉਹ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ, ਬਹਿ ਕੇ ਵਿਚਾਰ ਨਹੀਂ ਕਰਨਾ ਚਾਹੁੰਦੇ ਹੈਗੇ। ਦੇ ਜਸਟ ਵਾਂਟ ਕਿ ਅਸੀਂ ਬਲੌਕ ਕਰੀਏ ਸਾਰਾ ਕੁਛ ਜੋ ਵੀ ਡੈਮੋਕਰੈਟਸ ਕਰਨਾ ਚਾਹੁੰਦੇ ਹਨ, ਤਾਂ ਕਿ 2022 ਦੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਮਿਡ ਟਰਮਸ ਹੋਣੇ ਨੇ ਇਹ ਸਕਸੈਸਫੁਲੀ ਅਮੈਰੀਕਨ ਪਬਲਿਕ ਨੂੰ ਕਹਿ ਸਕਣ ਕਿ ਦੇਖੋ ਜੀ ਡੈਮੋਕਰੈਟਸ ਕੁਛ ਨਹੀਂ ਕਰ ਪਾਏ। ਕਿਉਂ ਨਹੀਂ ਕਰ ਪਾਏ? ਉਹਦਾ ਜਵਾਬ ਹੈ ਨਹੀਂ ਗਾ, ਉਹਦਾ ਜਵਾਬ ਇਹ ਹੈ ਕਿ ਇਹ ਕਰਨ ਦੇ ਨਹੀਂ ਰਹੇ। ਸੋ ਦੈਟਸ ਸਮਥਿੰਗ ਦੈਟਸ ਵਰਥ ਮਨਸਿਮਰਨ, ਥੈਂਕ ਯੂ, ਤੁਸੀਂ ਸਾਨੂੰ ਥੋੜ੍ਹਾ ਜਿਹਾ ਮਤਲਬ ਯੂ ਨੋ ਅਪਰੀਸ਼ੀਏਟ ਦ ਕੰਪੈਰੀਜ਼ਨ, ਬਿਕੋਜ਼ ਇੱਥੇ ਦਾ ਪੋਲੀਟੀਕਲ ਸਿਸਟਮ ਇੰਡੀਆ ਤੋਂ ਬਹੁਤ ਵੱਖਰਾ ਹੈ, ਬਟ ਇਟਸ ਰੀਅਲੀ ਇੰਪੋਰਟੈਂਟ ਕਿ ਸਾਨੂੰ ਇਹਦੀ ਸਮਝ ਹੋਏ, ਰਾਈਟ? ਸੋ ਥੈਂਕ ਯੂ ਫੋਰ ਦੈਟ, ਬਟ ਆਈ ਹੈਵ ਟੂ ਆਸਕ ਯੂ ਹੀਅਰ, ਯੂ ਨੋ ਜੋ ਡਿਬੇਟ ਹੋਣੀ ਚਾਹੀਦੀ ਹੈ ਜਾਂ ਜੋ ਏਜੰਡਾ ਡੈਮੋਕਰੈਟਸ ਦਾ ਹੈਗਾ, ਜੋ ਏਜੰਡਾ ਉਹ ਲੈ ਕੇ ਇੰਨੀ ਸੁਪਰ ਮੈਜੋਰਿਟੀ ਜਿੱਤ ਚੁੱਕੇ ਹੈ ਇਸ ਵੇਲੇ, ਉਸ ਏਜੰਡੇ ਦੇ ਵਿੱਚ ਵੋਟਿੰਗ ਰਾਈਟਸ ਕਿੰਨੀ ਕੁ ਅਹਿਮੀਅਤ ਰੱਖਦਾ ਹੈ? ਵਟ ਇਜ਼ ਦ ਪਲੇਸ ਫੋਰ ਦਿਸ ਬਿੱਲ HR-1 ਫੋਰ ਦ ਪੀਪਲ ਐਕਟ? ਓਵਰਆਲ ਡੈਮੋਕਰੈਟਿਕ ਏਜੰਡਾ ਦੇ ਵਿੱਚ ਇਹਦੀ ਕੀ ਪਲੇਸ ਆ? ਅਸਲ ਦੇ ਵਿੱਚ ਇਹਦੀ ਪਲੇਸ, ਮੈਂ ਪਰਸਨਲੀ ਮੇਰਾ ਓਪੀਨੀਅਨ ਜਾਂ ਮੈਂ ਕਹੂੰਗਾ ਕਿ ਪਾਰਟੀ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਜੋ ਸਿੱਖਣ ਨੂੰ ਮਿਲਦਾ ਆ ਸਾਰਿਆਂ ਕੋਲੋਂ, ਉਹ ਇਹ ਹੈ ਕਿ ਇਸ ਦਾ ਰੋਲ ਸ਼ੁਰੂਆਤ ਵਿੱਚ ਤੇ ਐਡਾ ਵੱਡਾ ਹੈ ਨਹੀਂ ਸੀ। ਇਹ ਦਿਸ ਵਾਸ ਜਸਟ ਵਨ ਆਫ ਦ ਥਿੰਗਸ, ਰਾਈਟ? ਇਹ ਸਿਰਫ ਲਿਸਟ ਦੇ ਵਿੱਚੋਂ ਇੱਕ ਚੀਜ਼ ਸੀ, ਲੇਕਿਨ ਪੂਰੇ ਦੇਸ਼ ਦੇ ਵਿੱਚ ਜਿਹੜੇ ਰਿਪਬਲਿਕਨ ਲੈਜਿਸਲੇਚਰਸ ਨੇ, ਜਿਹੜੇ ਸਟੇਟ ਹਾਊਸ ਨੇ, ਸਟੇਟ ਹਾਊਸਿਸ ਐਂਡ ਸਟੇਟ ਸੈਨੇਟਸ, ਜਨਵਰੀ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਨਵੰਬਰ 2020 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੋਟਾਂ ਪਈਆਂ, ਉਸ ਤਰੀਕੇ ਦੇ ਨਾਲ ਵੋਟਾਂ ਦੁਬਾਰ ਤੋਂ ਇੰਨੀ ਤਾਦਾਦ ਵਿੱਚ ਵੋਟ ਨਾ ਪਵੇ। ਉਹ ਵੋਟ ਸਪਰੈਸ ਕਰਨਾ ਚਾਹੁੰਦੇ ਹਨ। ਉਹਨਾਂ ਦਾ ਬਹਾਨਾ ਇਹ ਵਰਤਿਆ ਜਾਂਦਾ ਆ ਕਿ ਇਹ ਵੋਟ ਲੀਗਲ ਨਹੀਂ ਹੈਗੀ ਜੀ, ਇਹ ਵੋਟ ਰਜਿਸਟਰ, ਉਹ ਮਤਲਬ ਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਆਬਸਟੇਕਲ ਵਿੱਚ ਲੰਘਣਾ ਪਵੇ ਵੋਟ ਪਾਉਣ ਤੋਂ ਪਹਿਲਾਂ, ਸੌਖੇ ਤਰੀਕਿਆਂ ਤੁਸੀਂ ਵੋਟ ਨਾ ਪਾ ਸਕੋ। ਇਹੋ ਜਿਹੇ ਬਿੱਲ ਜਿਹੜੇ ਨੇ ਉਹ ਆਲਮੋਸਟ 17 ਸਟੇਟਾਂ ਦੇ ਵਿੱਚ ਰਿਪਬਲਿਕਨ ਲੈਜਿਸਲੇਚਰ ਨੇ ਲੈ ਕੇ ਆਉਂਦੇ ਨੇ, ਉਹਨਾਂ ਨੂੰ ਪਾਸ ਵੀ ਕੀਤਾ ਆ ਤੇ ਗਵਰਨਰਸ ਨੇ। ਇਹ ਮਨਸਿਮਰਨ ਇਹਦੀ ਟਾਈਮਲਾਈਨ, ਜੋ ਇਨ ਤੁਸੀਂ 17 ਸਟੇਟਾਂ ਦੇ ਵਿੱਚ ਗੱਲ ਕਰ ਰਹੇ ਹੋ, 17 ਸਟੇਟਾਂ ਦੇ ਵਿੱਚ ਵੋਟਿੰਗ ਨੂੰ ਰੋਕਣ ਲਈ, ਰੋਕ ਲਾਉਣ ਲਈ ਜਾਂ ਸਪਰੈਸ ਕਰਨ ਲਈ ਤੁਸੀਂ ਕਹਿ ਰਹੇ ਹੋ ਬਿੱਲਸ ਪਾਸ ਕੀਤੇ ਗਏ, ਇਹ ਨਵੰਬਰ 2020 ਤੋਂ ਬਾਅਦ ਦੀ ਗੱਲ ਤੁਸੀਂ ਕਹਿ ਰਹੇ ਹੋ? ਬਿਲਕੁਲ ਜੀ, ਹਰੇਕ ਸਟੇਟ ਲੈਜਿਸਲੇਚਰ ਜਿਹੜਾ ਆ ਉਹ ਜਨਵਰੀ ਦੇ ਵਿੱਚ ਮਿਲਦਾ ਆ, ਜਨਵਰੀ ਦੇ ਵਿੱਚ ਸ਼ੁਰੂ ਹੁੰਦਾ ਆ ਹਰ ਸਾਲ। ਸੋ ਇਹ ਤਾਂ ਨਹੀਂ ਹੈਗਾ ਕਿ ਇਹ ਨਵੰਬਰ ਤੋਂ ਪਹਿਲਾਂ ਦੀ ਗੱਲ ਆ, ਇਹ ਨਵੰਬਰ ਤੋਂ ਬਾਅਦ ਦੀ ਗੱਲ ਆ। ਇਹ ਜਨਵਰੀ 2021 ਦੇ ਵਿੱਚ ਸ਼ੁਰੂ ਕੀਤੇ ਗਏ ਬਿੱਲਸ ਨੇ, ਅਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਕੋਈ ਕੋਇੰਸੀਡੈਂਸ ਨਹੀਂ ਹੈਗਾ ਕਿ ਜਨਵਰੀ 6 ਨੂੰ ਇਨਸਰੈਕਸ਼ਨਿਸਟਸ ਨੇ ਜੋ ਅਮਰੀਕਾ ਦੇ ਵਿੱਚ ਸਰਕਾਰ ਨੂੰ ਹਿਲਾਉਣ ਦੇ ਵਾਸਤੇ ਇੱਕ ਟੈਰਰਿਸਟ ਐਕਟ ਜੋ ਕੈਪੀਟਲ ਦੇ ਉੱਤੇ ਹੋਇਆ, ਇਹ
ਇਹ ਜਿਹੜੇ ਬਿਲਸ ਨੇ ਇਹ ਉਸੇ ਸੇਮ ਥੀਮ ਨੂੰ ਫਾਲੋ ਕਰਦੇ ਨੇ ਜਿਹੜੇ ਕਿ ਇਹ ਗੱਲ ਕਹਿੰਦੇ ਨੇ ਕਿ 2020 ਦੇ ਵਿੱਚ ਵੋਟ ਪਈ ਜਿਹੜੀ ਆ ਉਹ ਵੋਟ ਗਲਤ ਆ। ਹੁਣ ਮੈਂ ਇਸ ਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਦੱਸ ਦਵਾਂ ਕਿ ਮਿਸ਼ੀਗਨ ਰਿਪਬਲਿਕਨਸ ਨੇ ਜਿਹੜੇ ਸਟੇਟ ਰਿਪਬਲਿਕਨਸ ਨੇ ਮਿਸ਼ੀਗਨ ਦੇ ਅਤੇ ਹੋਰ ਵੀ ਸਟੇਟਾਂ ਦੇ, ਪਰ ਮੈਂ ਮਿਸ਼ੀਗਨ ਦੀ ਗੱਲ ਖਾਸ ਕਰੂੰਗਾ ਕਿਉਂਕਿ ਮਿਸ਼ੀਗਨ ਇੱਕ ਬੈਟਲ ਗਰਾਊਂਡ ਸਟੇਟ ਰਹੀ ਹੈ। ਮਿਸ਼ੀਗਨ ਦੇ ਰਿਪਬਲਿਕਨਸ ਨੇ ਕੱਲ ਓਪਨਲੀ ਸਟੇਟਮੈਂਟ ਦੇ ਦਿੱਤੀ ਹੈ ਕਿ ਸਾਨੂੰ ਬਾਅਦ 2020 ਦੇ ਇਲੈਕਸ਼ਨਾਂ ਦੇ ਵਿੱਚ ਕੋਈ ਵੀ ਘਪਲਾ ਕੋਈ ਵੀ ਹੇਰਾਫੇਰੀ ਨਹੀਂ ਨਜ਼ਰ ਆਈ ਹੈਗੀ। ਪ੍ਰੈਜ਼ੀਡੈਂਟ ਬਾਈਡਨ ਇਹ ਵੋਟ ਇਹ ਇਲੈਕਸ਼ਨ ਬਿਲਕੁਲ ਪ੍ਰੋਪਰ ਤਰੀਕੇ ਨਾਲ ਫੇਅਰਲੀ ਜਿੱਤੇ ਆ, ਜਿਹੜਾ ਕਿ ਸਭ ਤੋਂ ਵੱਡਾ ਕਲੇਮ ਸੀ ਰਿਪਬਲਿਕਨਸ ਦਾ, ਟਰੰਪ ਰਿਪਬਲਿਕਨਸ ਦਾ ਖਾਸ ਕਰਕੇ, ਕਿ ਇਹ ਇਹ ਫੇਅਰ ਇਲੈਕਸ਼ਨ ਨਹੀਂ ਹੋਏ ਜੀ, ਇਸ ਕਰਕੇ ਅਸੀਂ ਆਹ ਵੋਟਿੰਗ ਸਪਰੈਸ਼ਨ ਦੇ ਮੈਜਰਸ ਲੈ ਕੇ ਜਾ ਰਹੇ ਹਾਂ। ਸੋ ਜਿਹੜਾ ਰਾਈਟ ਨਾਓ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ ਕਿ ਡੈਮੋਕਰੈਟਸ ਦੀ ਲਿਸਟ ਦੇ ਉੱਤੇ ਇਹ ਟੌਪ ਨੰਬਰ ਤੇ ਕਿਉਂ ਆਇਆ, ਨੰਬਰ 1 ਤੇ ਕਿਉਂ ਆਇਆ, HR 1 ਕਿਉਂ ਬਣਿਆ, ਫਰਸਟ ਕਿਉਂ ਬਣਿਆ, ਕਿਉਂਕਿ ਆਲ ਓਵਰ ਦਾ ਕੰਟਰੀ ਆਹ ਚੀਜ਼ਾਂ ਰਿਪਬਲਿਕਨਸ ਕਰ ਰਹੇ ਸੀਗੇ ਐਂਡ ਡੈਮੋਕਰੈਟਿਕ ਲੀਡਰਸ਼ਿਪ ਫੈਲਟ ਕਿ ਸਾਨੂੰ ਲੋੜ ਆ ਕਿ ਅਸੀਂ ਇਸ ਚੀਜ਼ ਦਾ ਰਿਸਪੋਂਸ ਦੇ ਕੇ ਇੱਕ ਫੈਡਰਲ ਲਾਅ ਬਣਾ ਦਈਏ ਤਾਂ ਕਿ ਸਟੇਟਾਂ ਇਹ ਰੂਲ ਨਾ ਬਣਾ ਸਕਣ। ਮਨਸਿਮਰਨ, ਆਈ ਐਮ ਗਲੈਡ ਕਿ ਤੁਸੀਂ ਇਨ ਸਟੇਟਸ ਇਨ ਰਿਪਬਲਿਕਨ ਕੰਟਰੋਲਡ 17 ਸਟੇਟਾਂ ਦੀ ਗੱਲ ਛੇੜੀ ਹੈ ਇੱਥੇ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਮਨਸਿਮਰਨ ਥੋੜ੍ਹਾ ਜਿਹਾ ਆਪਾਂ ਦੱਸਿਆ ਵਿਊਅਰਸ ਨੂੰ ਕਿ ਇਸ ਫੋਰ ਦਾ ਪੀਪਲ ਐਕਟ ਦੇ ਵਿੱਚ ਕੀ ਕੁਛ ਪ੍ਰੋਵਿਜ਼ਨਸ ਹੈਗੀਆਂ, ਰਾਈਟ, ਭਾਵੇਂ ਤੁਸੀਂ ਉਹ ਵੋਟਰ ਰਜਿਸਟ੍ਰੇਸ਼ਨ ਕਹਿ ਲਓ, ਭਾਵੇਂ ਤੁਸੀਂ ਜੋ ਵੋਟਰ ਪਰਜ ਹੁੰਦੀ ਹੈ ਉਹਨੂੰ ਲੈ ਲਓ, ਰੀਡਿਸਟ੍ਰਿਕਟਿੰਗ, ਜੈਰੀਮੈਂਡਰਿੰਗ, ਕੈਂਪੇਨ ਫਾਈਨੈਂਸ ਰੈਗੂਲੇਸ਼ਨ, ਜਿੱਦਾਂ ਪ੍ਰੈਜ਼ੀਡੈਂਟਸ ਐਂਡ ਵਾਈਸ ਪ੍ਰੈਜ਼ੀਡੈਂਟਸ ਐਂਡ ਵੱਡੇ ਇਲੈਕਟਿਡ ਆਫੀਸ਼ਲਸ ਦੇ ਟੈਕਸ ਰਿਟਰਨਸ ਮੈਂਡੇਟੋਰੀ ਪਬਲਿਕ ਹੋਣੇ ਚਾਹੀਦੇ, ਇਹ ਸਾਰੀ ਚੀਜ਼ਾਂ ਆਪਾਂ ਦੱਸੀਆਂ, ਰਾਈਟ। ਬਟ ਨਾਓ ਆਈ ਵਾਂਟ ਟੂ ਆਸਕ ਯੂ ਕਿ ਜੋ ਇਹ ਜੋ ਤੁਸੀਂ 17 ਸਟੇਟਾਂ ਦੀ ਖਾਸ ਕਰਕੇ ਗੱਲ ਕਰ ਰਹੇ ਹੋ, ਕਿਸ ਤਰ੍ਹਾਂ ਦੇ ਮੈਜਰਸ, ਕੀ ਕੁਛ ਕਾਨੂੰਨ ਪਾਸ ਕੀਤੇ ਗਏ ਆ ਇਨ ਸਟੇਟਾਂ ਦੇ ਵਿੱਚ, ਅਤੇ ਉਹ ਕਿਸ ਤਰ੍ਹਾਂ ਵੋਟਰਸ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਅਤੇ ਕਿਨ ਵੋਟਰਸ ਨੂੰ ਉਹ ਟਾਰਗੇਟ ਕਰਦੇ ਆ? ਸੋ ਇਹ ਮੈਜੋਰਿਟੀ ਵੋਟਰਸ ਨੂੰ ਟਾਰਗੇਟ ਕਰਦੇ ਆ, ਮਾਈਨੋਰਿਟੀ ਵੋਟਰਸ ਨੂੰ। ਓਕੇ, ਮਾਈਨੋਰਿਟੀ ਕਮਿਊਨਿਟੀਜ਼, ਡਿਸਪ੍ਰੋਪੋਰਸ਼ਨੇਟਲੀ ਆਲ ਮਾਈਨੋਰਿਟੀ ਕਮਿਊਨਿਟੀਜ਼ ਨੂੰ ਟਾਰਗੇਟ ਹੁੰਦਾ ਆ। ਓਕੇ, ਰਾਈਟ। ਐਂਡ ਇਹ ਜਿਹੜੇ ਇਹ ਜਿਹੜੇ ਤੁਸੀਂ ਪਰਜ ਦੀ ਗੱਲ ਕੀਤੀ ਆ, ਪਰਜਿੰਗ ਹੁੰਦੀ ਆ ਕਿ ਜਦੋਂ ਤੁਸੀਂ ਰੋਲਸ ਨੂੰ ਲੈ ਕੇ ਇਕੱਲੇ ਇਕੱਲੇ ਨਹੀਂ ਵੇਖਦੇ, ਰੋਲਸ ਦੇ ਰੋਲਸ ਨੂੰ ਹੀ ਤੁਸੀਂ ਵੋਟਰਸ ਨੂੰ ਇਨ ਐਲੀਜੀਬਲ ਕਰ ਦਿੰਦੇ ਹੋ ਕਿਸੇ ਵੀ ਇੱਕ ਰੈਂਡਮ ਫੈਕਟਰ ਦੀ ਵਜ੍ਹਾ ਕਰਕੇ। ਅੱਛਾ, ਰੈਂਡਮ ਫੈਕਟਰ ਮਤਲਬ ਕੁਝ ਵੀ ਹੋ ਸਕਦਾ ਹੈ, ਰੈਂਡਮ ਫੈਕਟਰ। ਹਾਂ ਹਾਂਜੀ, ਰੈਂਡਮ ਫੈਕਟਰਸ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ, ਇੱਕ ਹੁੰਦਾ ਹੈ ਕਿ ਤੁਹਾਡੀ ਪ੍ਰਾਇਰ ਕੋਈ ਵੀ ਕਨਵਿਕਸ਼ਨ ਹੋਵੇ, ਤੁਸੀਂ ਜੇਲ੍ਹ ਗਏ ਹੋਵੋ, ਠੀਕ ਹੈ। ਕੁਝ ਹੁੰਦੇ ਨੇ ਤੁਸੀਂ ਟੈਕਸ ਨਹੀਂ ਪੇ ਕੀਤਾ। ਅੱਛਾ ਜੀ। ਇੱਕ ਹੁੰਦਾ ਆ ਤੁਸੀਂ ਲੋਕਲ ਪਾਰਕਿੰਗ ਟਿਕਟਸ ਨਹੀਂ ਪੇ ਕੀਤੀਆਂ। ਇਸ ਇਹ ਆਮ ਤੌਰ ਤੇ ਆਪਣੇ ਜਿਹੜੀ ਆਪਣੀ ਕਮਿਊਨਿਟੀ ਆ ਨਾ, ਮੈਂ ਆਪਣੀ ਕਮਿਊਨਿਟੀ ਨੂੰ ਸੰਦੇਸ਼ ਦਊਂਗਾ ਕਿ ਇਹ ਅਸੀਂ ਇਸ ਚੀਜ਼ ਨਾਲ ਅਫੈਕਟਡ ਘੱਟ ਹੁੰਨੇ ਆ, ਕਿਉਂਕਿ ਅਸੀਂ ਵੀ ਅਸੀਂ ਚੀਜ਼ਾਂ 'ਚ ਪੈਂਦੇ ਨਹੀਂ ਹੈਗੇ, ਰਾਈਟ। ਵੀ ਪਰ ਬਹੁਤ ਪਾਪੂਲੇਸ਼ਨ 350 million ਆਲਮੋਸਟ ਹੋ ਚੁੱਕੀ ਆ ਅਮੈਰੀਕਾ ਦੀ, ਬਹੁਤ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਅਫੈਕਟਡ ਹੈਗੇ ਨੇ, ਜਿਹੜੇ ਇਹ ਚੀਜ਼ਾਂ ਅਫੋਰਡ ਨਹੀਂ ਕਰਦੇ। ਸੋ ਵੋਟਿੰਗ ਜਿਹੜੀ ਆ ਉਹ ਇੱਕ ਮਨੁੱਖੀ ਰਾਈਟ ਆ, ਨਾ ਕਿ ਸਿਰਫ ਉਹ ਲੋਕਾਂ ਵਾਸਤੇ ਜਿਹੜੇ ਟੈਕਸ ਪੇ ਕਰ ਸਕਦੇ ਨੇ ਜਾਂ ਜਿਹਨਾਂ ਦੇ ਕੋਲ ਪੈਸੇ ਹੈਗੇ। ਹਾਂਜੀ, ਕੋਈ ਵੀ ਰੈਜੀਮੈਂਟ ਨਹੀਂ ਹੋਣਾ ਚਾਹੀਦਾ ਵਿੱਚ ਉਹਦੇ। ਜੀ ਬਿਲਕੁਲ ਬਿਲਕੁਲ ਨਹੀਂ, ਇਸ ਗੱਲ ਦੇ ਨਾਲ ਤਾਂ ਮੈਂ ਕਹਿੰਦੀ ਹਾਂ ਸਾਰਿਆਂ ਨੂੰ ਸਹਿਮਤੀ ਰੱਖਣੀ ਚਾਹੀਦੀ ਹੈ, ਭਾਵੇਂ ਤੁਸੀਂ ਕਿਸੇ ਵੀ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ, ਕਿਸੇ ਵੀ ਥਾਂ ਤੋਂ ਆਉਂਦੇ ਹੋ, ਕਿ ਤੁਸੀਂ ਅਗਰ ਇੱਕ ਕੰਟਰੀ ਦੇ ਰਾਈਟਫੁਲ ਸਿਟੀਜ਼ਨ ਹੈਗੇ, ਉੱਥੇ ਦੇ ਟੈਕਸਿਸ ਪੇ ਕਰਦੇ ਹੋ, ਤੁਹਾਡਾ ਬਿਲਕੁਲ ਅਧਿਕਾਰ ਬਣਦਾ ਵੋਟ ਪਾਉਣ ਦਾ। ਮਨਸਿਮਰਨ, ਯੂ ਨੋ, ਸਾਡੇ ਲਈ ਸ਼ਾਇਦ ਇਹ ਇੱਕ ਓਬਵੀਅਸ ਕੁਐਸਚਨ ਹੋਏ, ਬਟ ਇਹ ਪੁੱਛਣਾ ਬਹੁਤ ਜ਼ਰੂਰੀ ਹੈ ਇੱਥੇ ਇੱਕ ਵਾਰੀ ਫਿਰ। ਇਸ ਤਰ੍ਹਾਂ ਦੇ ਜੋ ਲਾਅਸ ਜਿਸ ਤਰ੍ਹਾਂ ਪਾਸ ਕੀਤੇ ਗਏ ਰਿਪਬਲਿਕਨ ਕੰਟਰੋਲ ਸਟੇਟਸ ਦੇ ਵਿੱਚ, ਜਦੋਂ ਇਹ ਲਾਅਸ ਪਾਸ ਕੀਤੇ ਜਾਂਦੇ ਹੈ, ਇਨ ਵੋਟਰਸ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ, ਭਾਵੇਂ ਉਹ ਮਾਈਨੋਰਿਟੀ ਕਮਿਊਨਿਟੀਜ਼ ਹੋਣ ਜਾਂ ਲੋ ਇਨਕਮ ਜੋ ਗਰੀਬ ਕਮਿਊਨਿਟੀਜ਼ ਹੈਗੀਆਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰਦੀਆਂ, ਇਸ ਤਰ੍ਹਾਂ ਦੇ ਵੋਟਰਸ ਜਾਂ ਇਹ ਜੋ ਗਰੁੱਪਸ ਹੈਗੇ ਅਕਸਰ ਇਹ ਕਿਸ ਪਾਰਟੀ ਲਈ ਵੋਟ ਕਰਦੇ ਹੈ? ਇਹ ਮੈਜੋਰਿਟੀ ਡੈਮੋਕਰੈਟ ਲਈ ਵੋਟ ਕਰਦੇ ਨੇ, ਇਹ ਦੈਟਸ ਜਸਟ ਅ ਰਿਐਲਿਟੀ, ਰਾਈਟ। ਇਸ ਗੱਲ ਦਾ ਜਵਾਬ ਬ੍ਰੈਨਨ ਸੈਂਟਰ ਨਾਂ ਦੀ ਇੱਕ ਸੰਸਥਾ ਆ, ਜਿਹੜੀ ਕਿ ਨੋਨ ਪਾਰਟੀਜ਼ਨ ਲਈ
ਰਿਪੋਰਟਸ ਤਿਆਰ ਕਰਦੀ ਆ ਇਹੋ ਜਿਹੀਆਂ ਚੀਜ਼ਾਂ ਤੇ। ਉਹਨਾਂ ਦੀ ਰਿਪੋਰਟ ਹੈ ਜੀ ਐਜ਼ ਆਫ ਫਰਵਰੀ ਸਾਲ ਦੀ ਦੇ ਹੈਡ ਰਿਪੋਰਟ ਕਿ 253 ਬਿੱਲਸ ਜਿਹੜੇ ਨੇ ਉਹ ਵੋਟਿੰਗ ਰੈਸਟ੍ਰਿਕਸ਼ਨਸ ਲਈ ਇੰਟਰੋਡਿਊਸ ਹੋਏ ਨੇ ਅਕ੍ਰੋਸ 43 ਸਟੇਟਸ। ਵਾਓ ਠੀਕ ਹੈ ਜੀ। ਤੇ ਉਸ ਤੋਂ ਬਾਅਦ ਮਈ ਤੱਕ ਇਹ ਬਿੱਲ ਰੇਜ਼ ਹੋ ਗਏ 399 ਬਿੱਲਸ ਇਨ 48 ਸਟੇਟਸ, ਵਿੱਚੋਂ ਮੈਂ 17 ਸਟੇਟਾਂ ਦੀ ਗੱਲ ਤਾਂ ਕੀਤੀ ਕਿ 17 ਸਟੇਟਾਂ ਵਾਲੇ ਬਿੱਲ ਅਹਿਮ ਨੇ। ਉਹ 17 ਸਟੇਟਾਂ ਦੇ ਬਿੱਲਸ ਬਾਅਦ ਚ ਕਾਪੀ ਪੇਸਟ ਹੋ ਕੇ ਹੋਰ ਸਟੇਟਾਂ ਤੱਕ ਵੀ ਗਏ ਨੇ। ਸੋ ਮੇਨ ਧੁਰਾ ਜਿਹੜਾ ਉਹ 17 ਸਟੇਟਾਂ ਨੇ ਇਹ ਇੰਨੇ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਕਿ ਵੋਟਿੰਗ ਨਾ ਹੋ ਸਕੇ। ਮੈਂ ਇਹ ਮੁਕੇ ਜ਼ਿਕਰ ਹੀ ਹੋ ਗਿਆ ਕਿ ਜਾਰਜੀਆ ਦੇ ਵਿੱਚ ਸਟੇਸੀ Abrams ਨੇ ਜਿਸ ਤਰੀਕੇ ਦੇ ਨਾਲ 800,000 ਨਵੇਂ ਵੋਟਰਸ ਨੂੰ ਰਜਿਸਟਰ ਕੀਤਾ। ਯੈਸ ਐਬਸੋਲੂਟਲੀ। ਐਂਡ ਇਹ ਸਿਰਫ ਇੱਕ ਬਹੁਤ ਵੱਡੀ ਐਗਜ਼ਾਮਪਲ ਜਾਰਜੀਆ ਦੀ ਹੈ ਪੈਂਦੀ, ਪਰ ਜੇ ਤੁਸੀਂ ਇਹੀ ਚੀਜ਼ਾਂ ਪੂਰੇ ਅਮਰੀਕਾ ਦੇ ਵਿੱਚ ਵੇਖੋ ਤੇ ਹਰੇਕ ਕਾਉਂਟੀ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਹੋਈ ਹੈ। ਇੱਕ ਬੜਾ ਵੱਡਾ ਇੱਕ ਉਪਰਾਲਾ ਸੀ ਕਿ ਵੱਧ ਤੋਂ ਵੱਧ ਲੋਕ ਵੋਟ ਪਾਉਣ। ਸੋ ਐਨੀਹਾਉ ਮੈਂ ਥੋੜਾ ਜਿਹਾ ਟੌਪਿਕ ਨੂੰ ਆਪਾਂ ਮੈਂ ਚਾਹੁੰਦਾ ਟਾਈਮ ਦੇ ਵਿੱਚ ਵਿੱਚ ਆਪਾਂ ਫਿਲਮਸਟਰ ਨੂੰ ਰਿਕਵਰ ਕਰਨਾ ਹੈ। ਬਿਲਕੁਲ 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 ਮਨਸਿਮਰਨ, ਆਮ ਸੋ ਗਲੈਡ ਕਿ ਤੁਸੀਂ ਟਾਈਮ ਦੀ ਬਿਲਕੁਲ ਜਿੱਦਾਂ ਕਹਿੰਦੇ ਨਾ ਯੂ ਆਰ ਕੌਨਸ਼ੀਅਸ ਆਫ ਟਾਈਮ ਐਜ਼ ਵੈਲ। ਆਮ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਮਨਸਿਮਰਨ ਕਾਲੋ ਸਾਡੇ ਨਾਲ ਜੁੜੇ ਹਨ। ਵੀਅਰਸ, ਤੁਸੀਂ ਵੀ ਜੁੜੋ, ਬਹੁਤ ਇੰਪੋਰਟੈਂਟ ਗੱਲ ਹੋ ਰਹੀ ਹੈ, ਇਸ ਤਰ੍ਹਾਂ ਚਾਹੀ ਰਹੇਗੀ ਬ੍ਰੇਕ ਤੋਂ ਉਸ ਪਾਰ। ਕੱਲ ਹੋ ਰਹੀ ਹੈ ਵੋਟਿੰਗ ਰਾਈਟਸ ਲੈਜਿਸਲੇਸ਼ਨ ਦੀ ਪਾਰਟ 2 ਐਪੀਸੋਡ ਅੱਜ ਕਵਰ ਕਰ ਰਹੇ ਹਾਂ ਡੈਮੋਕਰੈਟਿਕ ਪਰਸਪੈਕਟਿਵ ਤੋਂ, ਜਿੱਥੇ ਤੁਹਾਨੂੰ ਕੱਲ ਦੱਸਿਆ ਸੀ ਕਿ ਰਿਪਬਲਿਕਨਸ ਨੇ ਕਿਸ ਤਰ੍ਹਾਂ ਡੈਮੋਕਰੈਟਸ ਦੀ ਲੈਂਡਮਾਰਕ ਲੈਜਿਸਲੇਸ਼ਨ 'ਤੇ ਰੋਕ ਲਾਤੀ ਹੈ। ਅੱਜ ਸੁਣਦੇ ਹਾਂ ਡੈਮੋਕਰੈਟਿਕ ਸਾਈਡ ਤੋਂ ਕਿ ਨੈਕਸਟ ਕੀ ਸਾਨੂੰ ਐਕਸਪੈਕਟ ਕਰਨਾ ਚਾਹੀਦਾ ਹੈ, ਜਿਸ ਪਾਰਟੀ ਦੇ ਕੋਲ ਸੁਪਰ ਮੈਜੋਰਿਟੀ ਉਹਨਾਂ ਦਾ ਕੀ ਅਗਲਾ ਕਦਮ ਹੋਏਗਾ। ਸਾਡੇ ਨਾਲ ਜੁੜੇ ਹਨ ਵਰਜੀਨੀਆ ਤੋਂ ਮਨਸਿਮਰਨ ਸਿੰਘ ਕਾਲੋ। ਮਨਸਿਮਰਨ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕਿਉਂ ਡੈਮੋਕਰੈਟਸ ਲਈ ਇਹ ਹੀ ਲੈਜਿਸਲੇਸ਼ਨ, ਇਹ ਹੀ ਬਿੱਲ ਸਭ ਤੋਂ ਵੱਡੀ ਪ੍ਰਾਇਓਰਿਟੀ ਸੀਗੀ, ਨਾ ਕਿ ਸਿਰਫ ਜਿਸ ਤਰ੍ਹਾਂ ਪਿਛਲੇ ਇਲੈਕਸ਼ਨ ਦੇ ਵਿੱਚ ਰੈਕਰਡ ਟਰਨ ਆਊਟ ਅਤੇ ਨਵੀਂ ਰਜਿਸਟ੍ਰੇਸ਼ਨ ਹੋਈ ਵੋਟਰਸ ਦੀ, ਬਟ ਮੋਰ ਇੰਪੋਰਟੈਂਟਲੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ Jan 2021 ਤੋਂ ਬਾਅਦ ਕਿਸ ਤਰ੍ਹਾਂ ਦੇ ਲਾਜ਼ ਰਿਪਬਲਿਕਨ ਕੰਟਰੋਲ ਸਟੇਟਸ ਦੇ ਵਿੱਚ ਪਾਸ ਹੋਏ ਹਨ ਅਤੇ ਬੈਲਟ 'ਤੇ ਹੈਗੇ, ਟੇਬਲ 'ਤੇ ਹੈਗੇ, ਜੋ ਡੈਮੋਕਰੈਟ ਲੀਨਿੰਗ ਅਤੇ ਮਾਈਨੋਰਿਟੀ ਲੋ ਇਨਕਮ ਵੋਟਰਸ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰੇ, ਉਹਨਾਂ ਦਾ ਵੋਟ ਦਾ ਅਧਿਕਾਰ ਖੋਣ ਦੀ ਕੋਸ਼ਿਸ਼ ਕਰੇ। ਮਨਸਿਮਰਨ, ਥੈਂਕਸ ਫੋਰ ਦ ਰੀਕੈਪ, ਅਪਰੀਸ਼ੀਏਟ ਦੈਟ, ਬਟ ਆਫਕੋਰਸ ਤੁਸੀਂ ਡੈਮੋਕਰੈਟਿਕ ਪਾਰਟੀ ਦੇ ਵਿੱਚ ਕਾਫੀ ਡੂੰਘੀ ਤਰ੍ਹਾਂ ਇਨਵੋਲਵਡ ਹੋ, ਤੁਸੀਂ ਇਹਨੂੰ ਸਮਝਦੇ ਹੋ, ਯੂ ਹੈਵ ਅ ਯੰਗ ਪ੍ਰੋਗਰੈਸਿਵ ਆਊਟਲੁੱਕ ਔਨ ਅਮੈਰੀਕਾ ਦਾ ਪੋਲੀਟੀਕਲ ਜੋ ਸਿਸਟਮ ਇੱਥੇ ਹੈਗਾ। ਵਟ ਹੈਪਨਸ ਨੈਕਸਟ, ਬਿਕੋਜ਼ ਡੈਮੋਕਰੈਟਿਕ ਪਾਰਟੀ ਦੇ ਵਿੱਚ ਵੀ ਵੱਖ ਵੱਖ ਮੈਂ ਕਹਾਂਗੀ ਵਿੰਗਸ ਬਣੇ ਹੋਏ ਹੈ, ਥੋੜ੍ਹੀ ਜਿਹੀ ਡਿਵੀਜ਼ਨ ਹੋਈ ਹੈ ਅਨਫੋਰਚੁਨੇਟਲੀ ਜਾਂ ਫੋਰਚੁਨੇਟਲੀ ਕਹਿ ਲਓ। ਜਿਸ ਤਰ੍ਹਾਂ ਰਿਪਬਲਿਕਨਸ ਇੱਕ ਜੁੱਟ ਹੋ ਕੇ ਯੂ ਨੋ ਵੋਟਸ ਕਾਸਟ ਕਰਦੇ, ਇੱਕ ਵੀ ਉਹਨਾਂ ਦਾ ਬੰਦਾ ਡਿਫੈਕਟ ਨਹੀਂ ਹੁੰਦਾ ਕਿਸੇ ਵੀ ਪਾਰਟੀ ਲਾਈਨ ਤੋਂ, ਡੈਮੋਕਰੈਟਸ ਇਸ ਵੇਲੇ ਇਹ ਲਗਜ਼ਰੀ ਨਹੀਂ ਇੰਜੋਏ ਕਰ ਰਹੇ। ਸੋ ਸਭ ਤੋਂ ਪਹਿਲੇ ਤਾਂ ਕੈਨ ਯੂ ਐਕਸਪਲੇਨ ਟੂ ਅਸ ਵਾਈ ਇਜ਼ ਇਟ ਦੈਟ ਡੈਮੋਕਰੈਟਿਕ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਸਾਨੂੰ ਡਿਵੀਜ਼ਨਸ ਵੇਖਣ ਨੂੰ ਮਿਲਦੇ ਆ? ਦੇਖੋ, ਮੈਂ ਇਹਨਾਂ ਨੂੰ ਡਿਵੀਜ਼ਨ ਦਾ ਨਾਂ ਨਹੀਂ ਦਊਂਗਾ। ਵਰਡ ਮੇਰਾ ਵੀ ਡੀ ਤੋਂ ਸ਼ੁਰੂ ਹੁੰਦਾ ਆ, ਡਾਈਵਰਸਿਟੀ ਆ ਇਹ, ਦਿਸ ਇਜ਼ ਅ ਡਾਈਵਰਸਿਟੀ ਆਫ ਥਾਟ ਪ੍ਰੋਸੈਸ ਜੀ। ਸਾਡੀ ਪਾਰਟੀ ਦੇ ਵਿੱਚ ਮੈਂ ਆ ਜਦੋਂ ਲਫ਼ਜ਼ ਵਰਤਦਾ ਨਾ ਪੰਜਾਬੀ ਟੀਵੀ ਦੇ ਉੱਤੇ ਸਾਡੀ ਪਾਰਟੀ ਦੇ ਵਿੱਚ, ਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਵਾਲਾ ਬੰਦਾ ਆਪਣੀ ਗੱਲ ਆਪਣੇ ਪਾਰਟੀ ਦੀ ਗੱਲ ਦੱਸ ਰਿਹਾ ਹੋਵੇ ਲੋਕਾਂ ਨੂੰ, ਪਰ ਮੈਂ ਇਹ ਗੱਲ ਬਿਲਕੁਲ ਨਹੀਂ ਕਹਿ ਰਿਹਾ। ਡੈਮੋਕਰੈਟਿਕ ਪਾਰਟੀ ਦੇ ਵਿੱਚ ਆਪਣੀ ਵਿਚਾਰਧਾਰਾ, ਖੁੱਲੀ ਸੋਚ ਰੱਖਣ ਦਾ ਹੱਕ ਹੈਗਾ। ਆਪਾਂ ਇਹ ਗੱਲ ਵੇਖ ਰਹੇ ਹਾਂ, ਇਤਿਹਾਸ ਗਵਾਹ ਆ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਤੁਸੀਂ ਮੇਨ ਧੁਰੇ ਤੋਂ ਭਟਕ ਜਾਓ ਤੇ ਤੁਹਾਨੂੰ ਪਾਰਟੀ ਜਿਹੜੀ ਆ ਉਹ ਤੁਹਾਨੂੰ ਛੱਡ ਦਿੰਦੀ ਆ। ਡੈਮੋਕਰੈਟਿਕ ਪਾਰਟੀ ਦੇ ਵਿੱਚ ਤੁਸੀਂ ਡਿਫਰੈਂਟ ਵਿਚਾਰਧਾਰਾ ਲੈ ਕੇ ਪੇਸ਼ ਹੋਵੋ, ਤੁਹਾਨੂੰ ਗੱਲਵਕੜੀ ਵਿੱਚ ਲਿਆ ਜਾਂਦਾ, ਤੁਹਾਨੂੰ ਹੱਕ ਦਿੱਤਾ ਜਾਂਦਾ ਕਿ ਤੁਸੀਂ ਉਹ ਗੱਲ ਕਰ ਸਕਦੇ ਹੋ ਭਾਵੇਂ ਤੁਹਾਡੀ ਗੱਲ ਮੰਨੀ ਨਾ ਵੀ ਜਾਵੇ। ਸੋ ਇੱਥੋਂ ਮੈਂ ਹੁਣ ਥੋੜ੍ਹਾ ਜਿਹਾ ਗਾਹ ਨੂੰ ਆਵਾਂ ਕਿ AOC ਅਲੈਗਜ਼ੈਂਡਰੀਆ ਓਕਾਸੀਓ ਕੋਰਟੈਸ, ਕਾਂਗਰਸਵੁਮਨ ਫਰਮ ਨਿਊਯਾਰਕ ਜੀ, ਬਰਨੀ ਸੈਂਡਰਸ, ਕਾਂਗਰਸਵੁਮਨ ਓਮਾਰ ਫਰਮ ਮਿਨੇਸੋਟਾ, ਇਹ ਹਜੇ ਮੈਂ ਸਿਰਫ ਕੁਛ ਨਾਂ ਲੈ ਰਿਹਾ, ਹਜੇ ਕਿ ਨਾਂ ਬਹੁਤ ਨੇ, ਮੈਂ ਉਹ ਨਹੀਂ ਲਊਂਗਾ, ਟਾਈਮ ਵੱਲ ਜਾਵਾਂਗੇ ਆਪਾਂ। ਇਹ ਸਾਰੇ ਸੋਚ ਥੋੜ੍ਹੀ ਜਿਹੀ ਵੱਖਰੀ ਰੱਖਦੇ ਨੇ ਡੈਮੋਕਰੈਟਿਕ ਪਾਰਟੀ ਦੇ ਵਿੱਚ ਰਹਿ ਕੇ। ਹਾਂਜੀ। ਤੇ
ਇਹ ਸੋ ਉਹ ਸਾਨੂੰ ਖੁੱਲੀ ਸੋਚ ਦਾ ਹੱਕ ਸਾਰਿਆਂ ਨੂੰ ਹੋਣਾ ਚਾਹੀਦਾ ਆ ਜਿੱਥੇ ਵੀ ਆਪਾਂ ਬੈਠੇ ਹੋਈ ਹੈ ਗਰੁੱਪ ਬਾਅਦ ਵਿੱਚ ਆਪਾਂ ਮਤਲਬ ਯੂਨਿਟੀ ਵੀ ਹੋਣੀ ਚਾਹੀਦੀ ਆ ਪਰ ਵੀ ਹੈਵ ਟੂ ਹੈਵ ਡਿਫਰੈਂਟ ਥਾਟ ਪ੍ਰੋਸੈਸਸ ਐਂਡ ਵੀ ਹੈਵ ਟੂ ਵੈਲਕਮ ਦਮ ਸੋ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਵਾਈ ਇਜ਼ ਦੇਅਰ ਅ ਡਿਫਰੈਂਸ ਆਪਾਂ ਵੇਖ ਸਕਦੇ ਹਾਂ ਕਿ ਸੈਨੇਟਰ ਦੂਜੇ ਬੰਨੇ ਵੀ ਹੈਗੇ ਨੇ ਜੇ ਅਸੀਂ ਜੇ ਸਾਡੇ ਕੋਲ ਜ਼ਿਆਦਾ ਲੈਫਟ ਵਿੱਚ ਡੈਮੋਕਰੈਟ ਹੈਗੇ ਨੇ ਜ਼ਿਆਦਾ ਸਾਡੇ ਕੋਲ ਸੈਂਟਰਿਸਟ ਜਾਂ ਲੈਫਟ ਆਪਣੇ ਰਾਈਟ ਵਾਲੇ ਵੀ ਹੈਗੇ ਨੇ ਸੈਨੇਟਰ ਮੈਂਸ਼ਨ ਸਿਨੇਮਾ ਜਿਹੜੇ ਕਿ ਰਾਈਟ ਨਾਓ ਸੈਨੇਟ ਡੈਮੋਕਰੈਟਸ ਤੋਂ ਉਲਟ ਚੱਲ ਰਹੇ ਨੇ ਰਿਪਬਲਿਕਨਸ ਦਾ ਸਾਥ ਦੇ ਰਹੇ ਨੇ ਸੋ ਇਹ ਚੀਜ਼ ਸਗੋਂ ਮੈਨੂੰ ਲੱਗਦਾ ਕਿ ਮਾਣ ਵਾਲੀ ਗੱਲ ਆ ਨਾ ਕਿ ਇਹ ਡਿਵੀਜ਼ਨ ਵਾਲੀ ਗੱਲ ਆ ਵੈਰੀ ਆਈ ਮੀਨ ਮਨਸਿਮਰਨ ਇਟਸ ਇਹ ਨਜ਼ਰੀਏ ਦੀ ਗੱਲ ਹੁੰਦੀ ਹੈ ਰਾਈਟ ਐਂਡ ਇਟਸ ਅ ਵੈਰੀ ਇੰਟਰਸਟਿੰਗ ਨਜ਼ਰੀਆ ਤੁਸੀਂ ਸਾਡੇ ਨਾਲ ਇੱਥੇ ਸ਼ੇਅਰ ਕੀਤਾ ਹੈ ਆਈ ਡੋਨਟ ਥਿੰਕ ਕੋਈ ਵੀ ਇਸ ਗੱਲ ਨੂੰ ਡਿਨਾਈ ਕਰ ਸਕਦਾ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਵਿੱਚ ਡਾਈਵਰਸਿਟੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਪ੍ਰੈਕਟਿਸ ਦੇ ਵਿੱਚ ਅਪਲਾਈ ਹੋਏ ਦਿਸ ਇਜ਼ ਅ ਫੈਕਟ ਰਾਈਟ ਸੋ ਡਾਈਵਰਸਿਟੀ ਸਿਰਫ ਰੇਸ ਦੀ ਜਾਂ ਰਿਲੀਜਨ ਦੀ ਨਹੀਂ ਹੁੰਦੀ ਡਾਈਵਰਸਿਟੀ ਸੋਚ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਸੋਚ ਤੇ ਵੱਖਰੇ ਹਾਂ ਬਿਲਕੁਲ ਵੈਰੀ ਵੈਰੀ ਟਰੂ ਮਨਸਿਮਰਨ ਸੋ ਯੂ ਨੋ ਕਮਿੰਗ ਬੈਕ ਟੂ ਦ ਕਰੰਟ ਸਿਚੁਏਸ਼ਨ ਇਸ ਵੇਲੇ ਯੂ ਨੋ ਇੱਕ ਰੋਡ ਬਲੋਕ ਖੜਾ ਹੋ ਗਿਆ ਡੈਮੋਕਰੈਟਸ ਦੇ ਅੱਗੇ ਰਾਈਟ ਕੁਛ ਕਹਿ ਰਹੇ ਕਿ ਇਹ ਤਾਂ ਸ਼ੁਰੂਆਤ ਹੀ ਹੈਗੀ ਇਸ ਜੰਗ ਦੀ ਕੁਛ ਕਹਿ ਰਹੇ ਕਿ ਨਹੀਂ ਹਾਂ ਹੁਣ ਸਾਨੂੰ ਕੰਪਲੀਟਲੀ ਰੀਸਟ੍ਰੈਟਜਾਈਜ਼ ਕਰਨਾ ਚਾਹੀਦਾ ਇਸ ਲੈਜਿਸਲੇਸ਼ਨ ਨੂੰ ਲੈ ਕੇ ਬਿਫੋਰ ਆਈ ਆਸਕ ਯੂ ਵਟਸ ਨੈਕਸਟ ਇੱਕ ਬਹੁਤ ਇੰਪੋਰਟੈਂਟ ਇੱਕ ਮੈਂ ਕਹਾਂਗੀ ਟੂਲ ਇਸ ਪੂਰੀ ਫਾਈਟ ਦੇ ਵਿੱਚ ਬਾਰ ਬਾਰ ਸਾਨੂੰ ਸੁਣਨ ਨੂੰ ਮਿਲ ਰਿਹਾ ਦਿਸ ਥਿੰਗ ਕਾਲਡ ਅ ਫਿਲੀਬਸਟਰ ਰਾਈਟ ਸੋ ਬਿਫੋਰ ਵੀ ਗੈਟ ਇਨਟੂ ਕਿ ਡੈਮੋਕਰੈਟਸ ਦਾ ਅਗਲਾ ਸਟੈਪ ਕੀ ਹੋਏਗਾ ਸਾਡੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਰਿਪਬਲਿਕਨ ਕਮੈਂਟੇਟਰ ਨੇ ਉਹਨਾਂ ਨੇ ਆਪ ਦੀ ਡੈਫੀਨੇਸ਼ਨ ਸਾਨੂੰ ਫਿਲੀਬਸਟਰ ਦੀ ਦਿੱਤੀ ਆਈ ਵਾਂਟ ਟੂ ਗਿਵ ਯੂ ਦ ਸੇਮ ਓਪਰਚੁਨਿਟੀ ਤੁਹਾਡੇ ਪੱਖੋਂ ਤੁਸੀਂ ਕਿਸ ਤਰ੍ਹਾਂ ਸਾਡੀ ਪੰਜਾਬੀ ਆਡੀਅੰਸ ਨੂੰ ਸਿੰਪਲ ਸ਼ਬਦਾਂ 'ਚ ਦੱਸੋਗੇ ਕਿ ਇੱਕ ਫਿਲੀਬਸਟਰ US ਗਵਰਨਮੈਂਟ ਵਿੱਚ ਕੀ ਹੁੰਦੀ ਹੈ ਚੀਜ਼ ਤੇ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ ਜੀ ਸੋ ਮੈਂ ਇਹਦਾ ਜਵਾਬ ਇਹ ਨਹੀਂ ਦਊਂਗਾ ਕਿ ਮੇਰਾ ਪਰਸਪੈਕਟਿਵ ਕੀ ਹੈ ਫਿਲੀਬਸਟਰ ਕੀ ਹੁੰਦਾ ਮੈਂ ਤੁਹਾਨੂੰ ਫੈਕਚੁਅਲ ਡਿਕਸ਼ਨਰੀ ਦੇ ਵਿੱਚੋਂ ਕੱਢ ਕੇ ਦਿੰਦਾ ਕਿ ਸਿੰਪਲ ਜੀ ਗੱਲ ਆ ਫਿਲੀਬਸਟਰ ਜਿਹੜੀ ਚੀਜ਼ ਆ ਇਹ ਕਿਸੇ ਵੀ ਸੰਸਦ ਰੂਪੀ ਸਰਕਾਰ ਦੇ ਵਿੱਚ ਜਦੋਂ ਵੀ ਨੁਮਾਇੰਦੇ ਬਹਿੰਦੇ ਨੇ ਤੇ ਕੋਈ ਨਾ ਕੋਈ ਬਿੱਲ ਜਾਂ ਐਕਟ ਦੇ ਉੱਤੇ ਬਹਿਸ ਕਰਦੇ ਨੇ ਫਿਲੀਬਸਟਰ ਉਹ ਇੱਕ ਐਕਸ਼ਨ ਆ ਇੱਕ ਟੂਲ ਆ ਜਿਹੜਾ ਕਿ ਕੋਈ ਵੀ ਨੁਮਾਇੰਦਾ ਵਰਤ ਸਕਦਾ ਆ ਸੰਸਦ ਵਿੱਚ ਬੈਠਿਆ ਹੋਇਆ ਕਾਂਗਰਸ ਵਿੱਚ ਬੈਠਿਆ ਹੋਇਆ ਕਿ ਜਦੋਂ ਉਹਨੂੰ ਦੂਜੇ ਦੀ ਗੱਲ ਨਹੀਂ ਪਸੰਦ ਜਾਂ ਇਹ ਬਿੱਲ ਜਾਂ ਇਹ ਐਕਟ ਨਹੀਂ ਪਸੰਦ ਹੈਗਾ ਤੇ ਤੁਸੀਂ ਖੜੇ ਹੋ ਕੇ ਲਗਾਤਾਰ ਬੋਲਣਾ ਸ਼ੁਰੂ ਕਰ ਦਿਓ ਕਿਸੇ ਵੀ ਟੌਪਿਕ ਤੇ ਤੁਸੀਂ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਓ ਤੁਸੀਂ ਸਵਾਲ ਕਰਨੇ ਸ਼ੁਰੂ ਕਰ ਦਿਓ ਤੁਸੀਂ ਸਪੀਚ ਦੇਣੀ ਸ਼ੁਰੂ ਕਰ ਦਿਓ ਮੁੱਕਦੀ ਗੱਲ ਹੈ ਜੀ ਵੀ ਜੇ ਮੈਂ ਸਿੱਧੀ ਪੰਜਾਬੀ ਚ ਸਮਝਾਵਾਂ ਵੀ ਪਿੰਡ ਦੀ ਸੱਸ ਦੇ ਵਿੱਚ ਆਪਾਂ ਬੈਠੇ ਹੋਈਏ ਤੇ ਫੈਸਲਾ ਕੋਈ ਹੋ ਨਾ ਰਿਹਾ ਹੋਵੇ ਤੇ ਇੱਕ ਬੰਦਾ ਖੜਾ ਹੋ ਕੇ ਬਸ ਬੋਲੀ ਜਾਵੇ ਇਹ ਹੁੰਦਾ ਫਿਲੀਬਸਟਰ ਅੱਛਾ ਜੀ ਸੋ ਇਟ ਇਜ਼ ਅ ਟੂਲ ਰਾਈਟ ਤੇ ਅੱਜ ਜਦੋਂ ਡਿਬੇਟ ਹੋ ਰਹੀ ਹੈ ਕਿ ਹਾਂ ਕਿ ਫਿਲੀਬਸਟਰ ਇੱਕ ਟੂਲ ਜ਼ਰੂਰ ਹੈ ਜੀ ਗੋ ਅਹੈਡ ਗੋ ਨਹੀਂ ਨਹੀਂ ਪਲੀਜ਼ ਗੋ ਅਹੈਡ ਸੋ ਵਨ ਥਿੰਗ ਮਗਰ ਜ਼ਿਕਰਯੋਗ ਮੈਂ ਤਾਂ ਕਰਕੇ ਨਾਲ ਦੇ ਨਾਲ ਗੱਲ ਉਹਦੇ ਵਿੱਚ ਜੋੜਨੀ ਇਹ ਸੀਗੀ ਕਿ ਫਿਲੀਬਸਟਰ ਜਿਹੜਾ ਆ ਇਹ ਅਮਰੀਕਾ ਦੇ ਵਿੱਚ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ Everybody needs to know this. It's not constitutional. It's not in the constitution. If anything, it's unconstitutional. Achha ji. So Mansimran, tu si mera next question nu automatically thoda ja mainu lagda answer kar rahe ho ya karan di koshish kar rahe ho. Jadon filibuster nu ajj di date de vich gal ho rahi hai, democratic side keh rahe hai ki filibuster nu tusi khatam kar do taaki agge eh bills khas karke jis tarah eh legislation hai ki voting rights nu leke innu pass kita jaye. Republicans keh rahe hai ki nahi, filibuster ek bahut important political process da ek hissa hai, innu bilkul khatam nahi karna. Innu khatam karan di koshish kiti ਅਤੇ ਸਾਡੇ ਵੱਲੋਂ ਬਹੁਤ ਹੀ ਮਾੜੀ ਕੋਨਸੀਕੁਐਂਸਿਸ ਡੈਮੋਕਰੈਟਸ ਨੂੰ ਫੇਸ ਕਰਨੀ ਪੈਣੀ ਆ ਇਸ ਚੀਜ਼ ਦੇ ਵਿੱਚ ਯੂ ਨੋ ਵਾਟ ਡੂ ਯੂ ਸੇ ਟੂ ਆਲ ਆਫ ਦਿਸ ਜੀ ਸੋ ਮੇਰਾ ਮੈਂ ਸੱਚ ਇਹ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨਾ ਚਾਹੂੰਗਾ ਕਿ ਫਿਲੀਬਸਟਰ ਜਿਹੜਾ ਆ ਇਹ ਹਿਸਟਰੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਅਮਰੀਕਾ ਦੇ ਵਿੱਚ ਜਦੋਂ ਹਜੇ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਹੈਗਾ ਕਿਸੇ ਨਾਨ ਵਾਈਟ ਪਰਸਨ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਹੈਗਾ ਕਿਸੇ ਬਲੈਕ ਪਰਸਨ ਨੂੰ ਹਿਸਪੈਨਿਕ ਨੂੰ ਜਾਂ ਦੇਸੀ ਨੂੰ ਕਿਸੇ ਨੂੰ ਵੀ ਵੋਟ ਪਾਉਣ ਦਾ ਹੱਕ ਨਹੀਂ ਸੀ ਹੈਗਾ ਉਸ ਵੇਲੇ ਜਿਹੜਾ ਫਿਲੀਬਸਟਰ ਆ ਇਹ ਵਰਤਿਆ ਗਿਆ 1957 ਦੇ ਵਿੱਚ ਵੀ 1964 ਦੇ ਵਿੱਚ ਫੇਲ ਹੋਇਆ ਹੈ
ਇਹ ਵਰਤਿਆ ਗਿਆ ਤਾਂ ਕਿ ਉਹ ਬਿੱਲ ਪਾਸ ਨਾ ਹੋਣ ਕਿ ਇਹਨਾਂ ਸਾਰਿਆਂ ਨੂੰ ਵੋਟਾਂ ਪਾਉਣ ਦਾ ਹੱਕ ਮਿਲੇ। ਠੀਕ ਹੈ ਜੀ। ਇਤਿਹਾਸ ਦੇ ਵਿੱਚ ਅਮਰੀਕਾ ਦੇ ਵਿੱਚ ਫਿਲਬਸਟਰ ਆਲਮੋਸਟ 90% ਆਫ ਦਾ ਟਾਈਮ ਵਰਤਿਆ ਗਿਆ ਆ ਇੱਕ ਰੇਸਿਸਟ ਤਰੀਕੇ ਦੇ ਨਾਲ, ਲੋਕਾਂ ਨੂੰ ਬਾਹਰ ਕੱਢਣ ਦੇ ਤਰੀਕੇ ਦੇ ਨਾਲ, ਨਾ ਕਿ ਦੇਸ਼ ਨੂੰ ਅੱਗੇ ਵਧਾਉਣ ਦੇ ਤਰੀਕੇ ਦੇ ਨਾਲ। ਆਲਵੇਜ਼ ਜਦੋਂ ਵੀ ਕੋਈ ਬਿੱਲਸ ਆਏ ਨੇ, ਜਦੋਂ ਵੀ ਕੋਈ ਬਿੱਲਸ ਆਏ ਨੇ ਜਿਹਦੇ ਵਿੱਚ ਕਿ ਦੇਸ਼ ਦਾ ਭਲਾ ਹੋਇਆ ਆ, ਉਦੋਂ ਹੀ ਕੰਜ਼ਰਵੇਟਿਵ ਸੈਨੇਟਰਸ ਨੇ ਇਹ ਵਰਤਿਆ ਆ। ਡੈਮੋਕ੍ਰੈਟਸ ਨੇ ਵੀ ਵਰਤਿਆ, ਰਿਪਬਲਿਕਨਸ ਨੇ ਵੀ ਵਰਤਿਆ, ਪਰ ਵਰਤਿਆ ਕੰਜ਼ਰਵੇਟਿਵਸ ਨੇ ਆ, ਤੰਗ ਸੋਚ ਵਾਲਿਆਂ ਨੇ ਜਿਹੜੇ ਇਹ ਨਹੀਂ ਚਾਹੁੰਦੇ ਕਿ ਕੋਈ ਵੀ ਨਵੀਂ ਪਨੀਰੀ ਜਾਂ ਨਵੀਂ ਸੋਚ ਪੋਲਿਟਿਕਸ ਵਿੱਚ ਆਵੇ। ਜੀ ਠੀਕ ਹੈ ਜੀ, ਕੋਈ ਚੇਂਜ ਆਵੇ। ਮਨਸਿਮਰਨ, ਸੋ ਅੱਜ ਦੇ ਡੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੈਂਟਰ ਤੇ ਰਾਈਟ ਲੀਨਿੰਗ ਡੈਮੋਕ੍ਰੈਟਸ ਵੀ ਹੈਗੇ, ਜਿਸ ਤਰ੍ਹਾਂ ਸੈਨੇਟਰ ਜੋ ਮੈਂਸ਼ਨ ਫਰੋਮ ਵੈਸਟ ਵਰਜੀਨੀਆ, ਸੈਨੇਟਰ ਸਿਨੇਮਾ ਫਰੋਮ ਐਰੀਜ਼ੋਨਾ, ਤੇ ਐਕਸਟ੍ਰੀਮ ਲੈਫਟ ਲੀਨਿੰਗ ਵੀ ਹੈਗੇ ਲਾਈਕ ਸੈਨੇਟਰ ਬਰਨੀ ਸੈਂਡਰਸ ਐਂਡ ਉਹਨਾਂ ਦੇ ਕੋਹੋਰਟਸ ਲਾਈਕ ਅਲੈਗਜ਼ੈਂਡਰ ਓਕਾਸੀਓ ਕੋਰਟੇਜ਼, ਰਾਈਟ? ਇਸ ਪਾਰਟੀ ਲਈ moving forward, chahe oh voting legislation hoye, chahe oh a filibuster the specific tool hoye, what is the next step? Democratic party da agla kadam is date de vich ki hona chahida, ki tode khayal ch, strategizing chal rahi hai is vele? So strategizing te mere khayal ch harek tarike na chal rahi hai, par main tuhanu naal share karunga ke kede do tarike hege ne jinna de naal assi is cheez nu ਹੱਲ ਕੱਢ ਸਕਦੇ ਹਾਂ ਜਾਂ ਸਰਕਮਵੈਂਟ ਕਰ ਸਕਦੇ ਹਾਂ। ਇੱਕ ਹੁੰਦੀ ਆ ਇਨਵੋਕੇਸ਼ਨ, ਉਹਦੇ ਵਿੱਚ ਤੁਸੀਂ ਫਿਲਬਸਟਰ ਹੋਣ ਦਿਓ, ਫਿਲਬਸਟਰ ਦੇ ਵਿੱਚ ਸਪੀਕਰ ਕਹੂਗਾ ਕਿ ਇਨਵੋਕੇਸ਼ਨ ਹੋਣੀ ਆ, ਵੋਟ ਪਵੇ। ਅੱਛਾ ਜੀ, ਵੋਟ ਜਿਹੜੀ ਆ ਇਟ ਹੈਜ਼ ਇਹਦਾ ਇੱਕ ਥ੍ਰੈਸ਼ਹੋਲਡ ਹੁੰਦਾ ਸੀਗਾ ਜਦੋਂ 1806 ਦੇ ਵਿੱਚ ਫਿਲਬਸਟਰ ਸਭ ਤੋਂ ਪਹਿਲਾਂ ਯੂਐਸ ਸੈਨੇਟ ਦੇ ਵਿੱਚ ਇੰਟਰੋਡਿਊਸ ਹੋਇਆ ਐਜ਼ ਅ ਰੂਲ। ਅਗੇਨ ਮੈਂ ਕਹਾਂ ਕਿ ਸੰਵਿਧਾਨ ਦੇ ਵਿੱਚ ਨਹੀਂ ਗਾ, ਇਹ ਸੈਨੇਟ ਰੂਲ ਆ। ਸੈਨੇਟ ਰੂਲ ਕਦੀ ਵੀ ਚੇਂਜ ਹੁੰਦੇ ਨੇ, ਕਦੀ ਵੀ ਨਸ਼ਟ ਹੁੰਦੇ ਨੇ, ਕਦੀ ਵੀ ਨਵੇਂ ਬਣਾਏ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਉਸ ਵੇਲੇ ਇਹਦਾ ਜਿਹੜਾ ਥ੍ਰੈਸ਼ਹੋਲਡ ਸੀਗਾ ਕਿ ਇਨਵੋਕੇਸ਼ਨ ਹੋ ਸਕੇ ਤੇ ਫਿਲਬਸਟਰ ਨੂੰ ਰੱਦ ਕੀਤਾ ਜਾਵੇ, ਉਸ ਵੇਲੇ ਇਹਦਾ ਜਿਹੜਾ ਥ੍ਰੈਸ਼ਹੋਲਡ ਹੁੰਦਾ ਸੀਗਾ ਉਹ ਸੀਗਾ 3/4 ਮੈਜੋਰਿਟੀ, ਵੋਟ ਪਵੇ ਤਾਂ ਫਿਲਬਸਟਰ ਬੰਦ ਹੋਊਗਾ। ਉਸ ਤੋਂ ਬਾਅਦ 1917 ਦੇ ਵਿੱਚ, 1917 ਦੇ ਵਿੱਚ ਇਹ ਜਿਹੜਾ ਥ੍ਰੈਸ਼ਹੋਲਡ ਆ ਇਹ ਸੈਨੇਟ ਦੇ ਵਿੱਚ ਵੋਟ ਪੈ ਕੇ ਇਹ ਥ੍ਰੈਸ਼ਹੋਲਡ ਰਿਡਿਊਸ ਹੋ ਗਿਆ 2/3 ਵੋਟ ਤੱਕ। ਠੀਕ ਹੈ ਜੀ, ਜਿਹੜਾ ਕਿ ਅੱਜ ਵੀ ਸਟੈਂਡ ਕਰਦਾ ਹੈ। ਇਹਦੇ ਵਿੱਚ ਦੋ ਚੀਜ਼ਾਂ ਡੈਮੋਕ੍ਰੈਟਸ ਕਰ ਸਕਦੇ ਨੇ, ਇੱਕ ਤੇ ਇਹ ਜਿਹੜਾ ਥ੍ਰੈਸ਼ਹੋਲਡ ਆ ਇਹਨੂੰ ਰੂਲਸ ਦੇ ਮੁਤਾਬਕ ਇਹਨੂੰ ਬਦਲਿਆ ਜਾਵੇ ਕਿ ਇਹਨੂੰ ਇੱਕ ਸਿੰਪਲ ਮੈਜੋਰਿਟੀ ਕਰ ਲਿਆ ਜਾਵੇ, ਜਿਵੇਂ 3/4 ਤੋਂ 2/3 ਆਇਆ ਉਵੇਂ 2/3 ਤੋਂ ਸਿੰਪਲ ਮੈਜੋਰਿਟੀ 50+1 ਹੋ ਜਾਵੇ, ਜਿਹੜਾ ਕਿ ਕਰਨ ਵਾਸਤੇ ਡੈਮੋਕ੍ਰੈਟਸ ਨੂੰ 2/3 ਵੋਟਾਂ ਚਾਹੀਦੀਆਂ ਨੇ ਜਿਹੜੀਆਂ ਕਿ ਆਪਣੇ ਕੋਲ ਨਹੀਂ ਹੈਗੀਆਂ, ਤਾਂ ਆਪਾਂ ਉਹ ਨਹੀਂ ਕਰ ਸਕਦੇ। ਓਕੇ, ਰਾਈਟ? ਓਕੇ, ਦੀ ਓਨਲੀ ਅਦਰ ਥਿੰਗ ਇਜ਼ ਕਿ ਕਿਉਂਕਿ ਸੈਨੇਟ ਇੱਕ ਸੈਨੇਟ ਇੱਕ ਬਾਡੀ ਹੈ ਜਿਹਨੂੰ ਰੂਲਸ ਜੇ ਅਨਕੌਨਸਟੀਟਿਊਸ਼ਨਲ ਨਿਕਲ ਆਵੇ ਕੋਈ ਵੀ, ਆਪਾਂ ਜਾਣਦੇ ਆਪਾਂ ਕਿਸੇ ਵੀ ਸੰਸਥਾ ਦੇ ਵਿੱਚ ਬੈਠੇ ਹੋਈ ਹੈ, ਮੈਂ ਐਗਜ਼ਾਮਪਲ ਦੇ ਦੇਵਾਂ ਗੁਰਦੁਆਰੇ ਦੀ, ਕਿਸੇ ਵੀ ਗੁਰਦੁਆਰੇ ਦੇ ਵਿੱਚ ਬੈਠੇ ਹੋਈ ਹੈ, ਜਦੋਂ ਬਾਇਲੋਜ਼ ਦੇ ਖਿਲਾਫ ਕੋਈ ਵੀ ਆਪਣਾ ਪੈਰਾਗ੍ਰਾਫ ਜਾਂਦਾ ਆ ਤੇ ਆਪਾਂ ਨੂੰ ਉਹ ਪੈਰਾਗ੍ਰਾਫ ਨਲ ਐਂਡ ਵੋਇਡ ਕਰਨਾ ਪੈਂਦਾ ਆ। ਜਦੋਂ ਵੀ ਕੋਈ ਵੀ ਪੈਰਾਗ੍ਰਾਫ ਕਿਸੇ ਵੀ ਕੌਨਸਟੀਟਿਊਸ਼ਨ ਦੇ ਵਿੱਚ, ਕਿਸੇ ਵੀ ਬਾਇਲੋਜ਼ ਦੇ ਵਿੱਚ, ਕਿਤੇ ਵੀ ਤੁਹਾਡੇ ਮੇਨ ਕੌਨਸਟੀਟਿਊਸ਼ਨ ਦੇ ਖਿਲਾਫ ਜਾਂਦਾ ਆ ਬਾਇਲੋਜ਼ ਦਾ ਕੋਈ ਵੀ ਪੈਰਾਗ੍ਰਾਫ ਜਾਂ ਪ੍ਰੋਸੀਜਰ ਦਾ ਪੈਰਾਗ੍ਰਾਫ ਜਾਂ ਰੂਲ ਦਾ ਪੈਰਾਗ੍ਰਾਫ, ਜਦੋਂ ਉਹ ਮੁੱਢ ਤੋਂ ਖਿਲਾਫ ਜਾਂਦਾ ਤੇ ਤੁਹਾਨੂੰ ਉਹਨੂੰ ਰੱਦ ਕਰਨਾ ਪੈਂਦਾ ਆ। ਸੋ ਆਈ ਥਿੰਕ ਐਂਡ ਮੋਸਟ ਆਫ ਦਾ ਲੈਫਟ ਲੀਨਿੰਗ ਡੈਮੋਕ੍ਰੈਟਸ ਥਿੰਕ ਕਿ ਲੀਗਲ ਬੇਸਿਸ, ਸਾਡੇ ਕੋਲ ਲੀਗਲ ਬੇਸਿਸ ਹੈਗਾ ਆ ਕਿ ਅਸੀਂ ਇਹ ਕਹੀਏ ਕਿ ਇਸ ਚੀਜ਼ ਨੂੰ ਰੱਦ ਕੀਤਾ ਜਾਵੇ, ਇਸ ਚੀਜ਼ ਨੂੰ ਕੌਨਸਟੀਟਿਊਸ਼ਨਲੀ ਸੁਪਰੀਮ ਕੋਰਟ ਅਨਕੌਨਸਟੀਟਿਊਸ਼ਨਲ ਡਿਕਲੇਅਰ ਕਰੇ ਕਿ ਇਹ ਜਿਹੜੀ ਚੀਜ਼ ਆ ਇਹ ਹਿਸਟੋਰਿਕਲੀ ਕੌਨਸਟੀਟਿਊਸ਼ਨ ਦੇ ਖਿਲਾਫ ਕੰਮ ਕਰ ਰਹੀ ਆ। ਜਦੋਂ 1964 ਦੇ ਸਿਵਲ ਰਾਈਟਸ ਪਾਸ ਹੋ ਚੁੱਕੇ ਨੇ ਐਂਡ ਉਹ ਫਿਲਾਬਸਟਰ ਉਸ ਵੇਲੇ ਸੈਨੇਟਰ ਥਰਮੰਡ ਨੇ ਕੀਤਾ ਸੀਗਾ ਐਂਡ ਉਹ ਅਨਸਕਸੈਸਫੁਲੀ ਕੀਤਾ ਸੀਗਾ, ਆਲਮੋਸਟ 20-22 ਘੰਟਿਆਂ ਦਾ ਉਹ ਬੰਦਾ ਲਗਾਤਾਰ ਬੋਲਦਾ ਰਿਹਾ ਕਿ ਇਹ ਨਾ ਪਾਸ ਕਰੋ, ਰਾਈਟ? ਸੋ ਉਹ ਅਨਸਕਸੈਸਫੁਲ ਫਿਲਾਬਸਟਰ ਸੀਗਾ ਤੇ ਜੇ ਉਹ ਬਿੱਲ ਪਾਸ ਹੋ ਗਿਆ ਦੈਟ ਮੀਨਸ ਕਿ ਫਿਲਾਬਸਟਰ ਨੂੰ ਵੀ ਕੁਆਸ਼ ਕਰ ਦੇਣਾ ਚਾਹੀਦਾ ਆ। That's my perspective ਕਿ ਜਿਹੜੀ ਇੱਕ ਚੀਜ਼ ਹਿਸਟੋਰਿਕਲੀ ਹਮੇਸ਼ਾ ਰੇਸਿਸਟ ਚੀਜ਼ ਦੇ ਵਿੱਚ ਵਰਤੀ ਗਈ ਹੈ
ਉਹਨੂੰ ਖਤਮ ਹੀ ਕਰ ਦਿਓ ਜੀ। ਮਨਸਿਮਰਨ ਯੂ نو ਇਹ ਜੋ ਟੌਪਿਕ ਹੈਗਾ ਇਹਦੇ ਚ ਇੰਨੀ ਜ਼ਿਆਦਾ ਜਾਣਕਾਰੀ ਹੈਗੀ, ਅਨਫੋਰਚੂਨੇਟਲੀ ਟਾਈਮ ਸਾਡੇ ਕੋਲ ਨਾ ਨਹੀਂ ਹੈ। ਸੋ ਯੂ نو ਅੱਜ ਦੇ ਰੈਪ ਅਪ ਦੇ ਵਿੱਚ ਮੈਂ ਤੁਹਾਡੇ ਤੋਂ ਸਿਰਫ ਇਹੀ ਪੁੱਛਣਾ ਚਾਹੁੰਦੀ ਹਾਂ, ਵੋਟਿੰਗ ਲੈਜਿਸਲੇਸ਼ਨ ਨੂੰ ਲੈ ਕੇ ਜੋ HR 1 ਹੈਗਾ ਜਾਂ ਫੋਰ ਦ ਪੀਪਲ ਐਕਟ, ਰਾਈਟ, ਅਮੈਰੀਕਨ ਮੀਡੀਆ 'ਤੇ ਇਹ ਸੁਣਨ ਨੂੰ ਮਿਲ ਰਿਹਾ ਇੱਕ ਪਾਸੇ ਉਹ ਕਹਿ ਰਿਹਾ ਇਹ ਜੋ ਬਿੱਲ ਹੈ ਇਟਸ ਡੈਡ, ਦੂਜੇ ਪਾਸੇ ਉਹ ਕਹਿ ਰਿਹਾ ਕਿ ਨਹੀਂ ਸਾਡੇ ਲਈ ਹੈਗੇ ਆਪਸ਼ਨਸ ਇਸ ਲੈਜਿਸਲੇਸ਼ਨ ਨੂੰ ਅੱਗੇ ਵਧਾਉਣ ਲਈ। ਤੁਹਾਡੇ ਖਿਆਲ 'ਚ ਕੀ ਇਹ ਜੋ ਬਿੱਲ ਹੈ HR 1 ਫੋਰ ਦ ਪੀਪਲ ਐਕਟ ਐਜ਼ ਇਟ ਸਟੈਂਡ, ਸੈਨੇਟਰ ਜੋ ਮੈਂਸ਼ਨ ਦੀ ਰਿਵੀਜ਼ਨਸ ਦੇ ਨਾਲ ਵੀ, ਇਜ਼ ਇਟ ਡੈਡ ਕਿ ਇਹ ਪੂਰਾ ਮਰ ਗਿਆ ਜਾਂ ਕੋਈ ਮਤਲਬ ਇਜ਼ ਦੇਰ ਐਨੀ ਹੋਪ ਕਿ ਇਹ ਲੈਜਿਸਲੇਸ਼ਨ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਵੱਧ ਸਕਦੀ ਹੈ? ਮੈਨੂੰ ਉਮੀਦ ਸੀ ਕਿ ਤੁਸੀਂ ਇਹ ਸਵਾਲ ਕਰੋਗੇ, ਸੋ ਮੈਂ ਇਹ ਜਾਣਕਾਰੀ ਸਭ ਤੋਂ ਐਂਡ ਵਾਸਤੇ ਰੱਖੀ ਹੋਈ ਸੀਗੀ ਜੀ। ਇੱਕ ਆਪਸ਼ਨ ਆ ਸੈਨੇਟ ਦੇ ਵਿੱਚ, ਉਹਨੂੰ ਕਹਿੰਦੇ ਨੇ ਨਿਊਕਲੀਅਰ ਆਪਸ਼ਨ। ਓਕੇ, ਇਹ ਆਪਸ਼ਨ ਦਾ ਮਤਲਬ ਹੁੰਦਾ ਆ ਕਿ ਤੁਸੀਂ ਸਬਸਟੈਂਸ਼ੀਅਲੀ ਰਿਮੂਵ ਕਰ ਸਕਦੇ ਹੋ ਲਿਮਿਟੇਸ਼ਨ ਆਫ ਦ ਫਿਲਿਬਸਟਰ। ਇੱਕ ਸਿੰਪਲ ਮੈਜੋਰਿਟੀ ਲੱਗਦੀ ਆ ਇਸ ਵੇਲੇ, ਵਾਈਸ ਪ੍ਰੈਜ਼ੀਡੈਂਟ ਕੈਮਲਾ ਹੈਰਿਸ ਸਾਨੂੰ ਉਹ ਸਿੰਪਲ ਮੈਜੋਰਿਟੀ ਦੇ ਸਕਦੇ ਨੇ ਜੇ 28 ਵੀ ਹੋ ਜਾਵੇ ਤੇ ਕੈਮਲਾ ਹੈਰਿਸ ਕੈਨ ਗਿਵ ਅਸ ਦੈਟ। 2013 ਦੇ ਵਿੱਚ ਡੈਮੋਕ੍ਰੈਟਿਕ ਕੰਟਰੋਲ ਸੈਨੇਟ ਨੇ ਇਹ ਵਰਤਿਆ ਸੀਗਾ, ਸੋ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ। ਐਜ਼ ਅ ਮੈਟਰ ਆਫ ਫੈਕਟ ਰਿਪਬਲਿਕਨਸ ਨੇ ਹਜੇ 2017 ਦੇ ਵਿੱਚ ਹੀ ਰਿਪਬਲਿਕਨ ਕੰਟਰੋਲਡ ਸੈਨੇਟ ਨੇ ਵੀ ਵਰਤਿਆ ਸੀਗਾ ਜਦੋਂ ਫਿਲਬਸਟਰ ਨੂੰ ਖਤਮ ਕਰਕੇ ਕੰਜ਼ਰਵੇਟਿਵ ਸੁਪਰੀਮ ਕੋਰਟ ਨੋਮਨੀਜ਼ ਨੂੰ ਰੇਲ ਕੀਤਾ ਸੀਗਾ, ਫੈਡਰਲ ਜੱਜਸ 200 ਤੋਂ ਉੱਤੇ ਰੇਲ ਰੋਡ ਕੀਤੇ ਸੀਗੇ, ਉਹ ਸਾਰਾ ਰਿਪਬਲਿਕਨਸ ਨੇ ਕੀਤਾ ਸੀਗਾ। ਸੋ ਇਹ ਨਿਊਕਲੀਅਰ ਆਪਸ਼ਨ ਜਿਹੜਾ ਆ ਇਹ ਸਿੱਧ ਕਰਦਾ ਆ ਕਿ ਹਜੇ ਕੁਛ ਵੀ ਡੈਡ ਨਹੀਂ ਹੈਗਾ। ਡੈਮੋਕ੍ਰੈਟਸ ਸਿਰਫ ਤੇ ਸਿਰਫ ਨਿਊਕਲੀਅਰ ਆਪਸ਼ਨ ਇਸ ਵੇਲੇ ਤਾਂ ਨਹੀਂ ਵਰਤ ਰਹੇ ਕਿ ਪਰਸੈਪਸ਼ਨ ਦੇ ਵਿੱਚ ਲੋਕੀ ਇਹ ਨਾ ਸਮਝਣ ਕਿ ਅਸੀਂ ਪ੍ਰੋਸੈਸ ਦੀ ਰਿਸਪੈਕਟ ਨਹੀਂ ਕਰ ਰਹੇ ਹੈਗੇ, ਪਰ ਮੇਰਾ ਇਹ ਟੇਕ ਆ ਕਿ ਸਾਨੂੰ ਲੋੜ ਆ ਕਿ ਅਸੀਂ ਪ੍ਰੋਸੈਸ ਦੀ ਰਿਸਪੈਕਟ ਕਰਨ ਤੋਂ ਜ਼ਿਆਦਾ ਲੋਕਾਂ ਦੇ ਵੋਟ ਪਈ ਹੋਈ ਜਿਹੜੀ ਮੈਂਡੇਟ ਮਿਲਿਆ ਹੋਇਆ ਡੈਮੋਕ੍ਰੈਟਸ ਨੂੰ ਉਹਦਾ ਉਸ ਚੀਜ਼ ਦੀ ਰਿਸਪੈਕਟ ਜ਼ਿਆਦਾ ਕਰੀਏ। ਨਿਊਕਲੀਅਰ ਆਪਸ਼ਨ ਨੂੰ ਵਰਤ ਕੇ ਇਸ ਚੀਜ਼ ਨੂੰ ਪਾਸ ਕੀਤਾ ਜਾਵੇ ਅਤੇ ਅੱਗੇ ਜਿਹੜਾ ਏਜੰਡਾ ਆਪਣਾ ਕਿੰਨਾ ਸਾਰਾ ਹੋਰ ਪਿਆ ਹੋਇਆ ਜਿਹੜੇ ਚੰਗੇ ਕੰਮ ਕਰਨ ਵਾਲੇ ਹੈਗੇ ਦੇਸ਼ ਵਾਸਤੇ ਉਹ ਕਰੀਏ। ਸੋ ਨਿਊਕਲੀਅਰ ਆਪਸ਼ਨ ਨਾ ਆ ਇਹਦਾ, ਕੋਈ ਵੀ ਸਰਚ ਕਰ ਸਕਦਾ ਗੂਗਲ ਦੇ ਉੱਤੇ। 2013 ਦੇ ਵਿੱਚ ਵਰਤਿਆ ਗਿਆ ਸੀਗਾ ਡੈਮੋਕ੍ਰੈਟਸ ਵੱਲੋਂ, ਉਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ, ਤੇ 2017 April 6 ਨੂੰ ਵਰਤਿਆ ਗਿਆ ਰਿਪਬਲਿਕਨਸ ਵੱਲੋਂ ਇੱਕ 52-48 ਦੀ ਮੈਜੋਰਿਟੀ ਦੇ ਨਾਲ। ਇਹਨਾਂ ਨੇ ਸਿਰਫ 4 ਵੋਟਾਂ ਵੱਧ ਸੀਗੀਆਂ ਤੇ ਇਹਨਾਂ ਨੇ 200 ਤੋਂ ਉੱਤੇ ਕੰਜ਼ਰਵੇਟਿਵ ਤੰਗ ਸੋਚ ਵਾਲੇ ਕੋਰਟ ਦੇ ਫੈਡਰਲ ਜੱਜਸ ਅਪੁਆਇੰਟ ਕੀਤੇ ਸੀਗੇ। ਸੋ ਦਿਸ ਇਜ਼ ਐਨ ਆਪਸ਼ਨ ਦੈਟ ਡੈਮੋਕ੍ਰੈਟਸ ਹੈਵ, ਨਥਿੰਗ ਇਜ਼ ਡੈਡ, ਆਈ ਥਿੰਕ ਵੀ ਕੈਨ ਡੂ ਦਿਸ। ਵੰਡਰਫੁਲ, ਆਲਵੇਜ਼ ਤੁਸੀਂ ਹਮੇਸ਼ਾ ਪੋਜ਼ਿਟਿਵ ਸਪਿਨ ਦਿੰਦੇ ਹੋ ਟੂ ਆਲ ਦ ਕਨਵਰਸੇਸ਼ਨਸ, ਰੀਅਲੀ ਅਪਰੀਸ਼ੀਏਟ ਦੈਟ। ਜਿਸ ਤਰ੍ਹਾਂ ਕਹਿੰਦੇ ਆ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਤੁਹਾਡੀ ਗੱਲ ਹੁੰਦੀ ਹੈ। ਅਪਰੀਸ਼ੀਏਟ ਦੈਟ ਮਨਸਿਮਰਨ ਸਿੰਘ ਕਾਲੋਂ, ਡੈਮੋਕ੍ਰੈਟਿਕ ਪ੍ਰੋਗਰੈਸਿਵ ਕਮੈਂਟੇਟਰ, ਡਾਇਰੈਕਟਰ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਫਰੋਮ ਵਰਜੀਨੀਆ, ਪੋਲੀਟੀਕਲੀ ਐਕਟਿਵ ਯੂਥ, ਇਟਸ ਆਲਵੇਜ਼ ਗੁੱਡ ਟੂ ਹੈਵ ਯੂ। ਮਨਸਿਮਰਨ, ਹੈਵ ਅ ਗੁੱਡ ਰੈਸਟ ਆਫ ਯੂਰ ਨਾਈਟ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਵੈਰੀ ਮਚ, ਐਂਡ ਆਈ ਵਾਂਟ ਟੂ ਕਮੈਂਡ ਯੂ ਔਨ ਸੱਚ ਗ੍ਰੇਟ ਰਿਪੋਰਟਿੰਗ ਐਂਡ ਕੁਐਸਚਨਿੰਗ। Thank you so much, Mansimran. Take care. And do care. Join us soon. Okay, so ਇਹਦੇ ਨਾਲ ਹੀ ਇੱਕ ਹੋਰ ਛੋਟੀ ਜਿਹੀ ਬ੍ਰੇਕ ਇੱਥੇ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਗੱਲ ਇਸ ਤਰ੍ਹਾਂ ਜਾਰੀ ਰਹੇਗੀ, ਕਿੱਥੇ ਨਾ ਜਾ ਮਿਲਦੇ ਹਾਂ ਬ੍ਰੇਕ ਤੋਂ। ਸੋ ਹੁਣ ਤੁਹਾਨੂੰ ਦੋਨੋਂ ਸਾਈਡਸ ਦੀ ਜਾਣਕਾਰੀ ਹੈਗੀ ਕਿ ਵੋਟਿੰਗ ਲੈਜਿਸਲੇਸ਼ਨ ਨੂੰ ਲੈ ਕੇ ਰਿਪਬਲਿਕਨ ਸਾਈਡ ਦਾ ਕੀ ਕਹਿਣਾ, ਕੀ ਸੋਚ ਹੈਗੀ, ਅਤੇ ਡੈਮੋਕ੍ਰੈਟਸ ਦੀ ਕੀ ਸੋਚ ਹੈ, ਨਾ ਕਿ ਸਿਰਫ ਕਿਉਂ ਇਹ ਲੈਜਿਸਲੇਸ਼ਨ ਇੰਨੀ ਕੁ ਇੰਪੋਰਟੈਂਟ ਹੈਗੀ ਉਹਨਾਂ ਦੇ ਏਜੰਡਾ ਲਈ, ਇਸ ਕੰਟਰੀ ਦੇ ਪ੍ਰੋਗਰੈਸ ਲਈ, ਬਟ ਹੁਣ ਜਦੋਂ ਇਸ ਏਜੰਡੇ 'ਤੇ ਇਸ ਲੈਜਿਸਲੇਸ਼ਨ 'ਤੇ ਰੋਕ ਲਾਤੀ ਹੈ ਕਿ ਨੈਕਸਟ ਕੀ ਕਦਮ ਡੈਮੋਕ੍ਰੈਟਸ ਚੁੱਕਣਗੇ। ਯੂ ਨੋ ਇਹ ਜੋ ਨਿਊਕਲੀਅਰ ਆਪਸ਼ਨ ਹੈਗਾ ਜੋ ਸਾਡੇ ਗੈਸਟ ਮਨਸਿਮਰਨ ਕਾਲੋ ਜੀ ਨੇ ਸਾਨੂੰ ਦੱਸਿਆ, ਇਸ ਚੀਜ਼ ਨੂੰ ਲੈ ਕੇ ਡੈਫੀਨੇਟਲੀ ਡੈਮੋਕ੍ਰੈਟਸ, ਡੈਮੋਕ੍ਰੈਟਿਕ ਪਾਰਟੀ ਦੇ ਕੋਲ ਇੱਕ ਜ਼ਰੀਆ ਹੋ ਸਕਦਾ ਹੈ। ਨਿਊਕਲੀਅਰ ਆਪਸ਼ਨ ਦੇ ਕੌਨਸੀਕੁਐਂਸਿਸ ਕੀ ਹੋਣਗੇ? ਮਨਸਿਮਰਨ ਨੇ ਸਾਨੂੰ ਦੱਸਿਆ ਕਿ ਹਾਂ, ਇਸ ਆਪਸ਼ਨ ਨੂੰ ਅਗਰ ਵਰਤਦੇ ਆ ਡੈਮੋਕ੍ਰੈਟਸ, ਸ਼ਾਇਦ ਉਹਨਾਂ ਦੀ ਪਬਲਿਕ ਦੇ ਵਿੱਚ ਇਮੇਜ ਇੱਦਾਂ ਦੀ ਆਊਗੀ ਕਿ ਇਹ ਆਪਣੀ ਸੁਪਰ ਮੈਜੋਰਿਟੀ ਨੂੰ ਅਬਿਊਜ਼ ਕਰ ਰਿਹਾ ਹੈ, ਇਹ ਕੁਛ ਵੀ ਧੱਕੇ ਨਾਲ ਪੁਸ਼ ਕਰ ਰਿਹਾ ਹੈ ਗਵਰਨਮੈਂਟ ਦੇ ਵਿੱਚ, ਬਿਕੋਜ਼ ਉਹਨਾਂ ਦੀ ਮੈਜੋਰਿਟੀ ਹੈ, ਐਂਡ ਉਹ ਚੀਜ਼ ਅਗਲੇ ਸਾਲ ਦੇ ਮਿਡ ਟਰਮਸ ਦੇ ਵਿੱਚ ਉਹਨਾਂ ਨੂੰ ਭਾਰੀ ਪੈ ਸਕਦੀ ਹੈ। ਸੋ ਵਟ ਡੂ ਡੈਮੋਕ੍ਰੈਟਸ ਡੂ ਐਟ ਦੀ ਐਂਡ ਆਫ ਦ ਡੇ? ਪਾਰਟੀ ਜੋ ਕਰਦੀ ਹੈ ਇਜ਼ ਲੈਸ ਇੰਪੋਰਟੈਂਟ ਦੈਨ ਤੁਸੀਂ ਇੱਕ ਵੋਟਰ ਹੋਣ ਦੇ ਨਾਤੇ ਕੀ ਕਰਦੇ ਹੋ?
ਹੁਣ ਬਾਲ ਤੁਹਾਡੇ ਕੋਰਟ ਦੇ ਵਿੱਚ ਹੈਗੀ, ਤੁਸੀਂ ਡਿਸਾਈਡ ਕਰੋ ਕਿ ਤੁਸੀਂ ਅਹਿਮੀਅਤ ਰੱਖਦੇ ਹੋ ਇੱਕ ਵੋਟ ਦੇ ਵਿੱਚ, ਆਪ ਦੀ ਵੋਟ ਦੇ ਵਿੱਚ, ਆਪਣੇ ਗੁਆਂਢ ਦੀ ਵੋਟ ਦੇ ਵਿੱਚ, ਕੀ ਤੁਸੀਂ ਅਹਿਮੀਅਤ ਰੱਖਦੇ ਹੋ ਕਿ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਉਸ ਚੀਜ਼ ਦੇ ਵਿੱਚ, ਜਾਂ ਤੁਹਾਨੂੰ ਲੱਗਦਾ ਕਿ ਜੋ ਤੁਹਾਡੀ ਸੋਚ ਦੇ ਨਾਲ ਸੋਚ ਜਿਨ੍ਹਾਂ ਦੀ ਮਿਲਦੀ ਹੈ ਸਿਰਫ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ? ਇਹ ਫਰਕ ਹੋ ਜਾਂਦਾ ਹੈ, ਬਿਕੋਜ਼ ਐਟ ਦੀ ਐਂਡ ਆਫ ਦ ਡੇ ਇਹ ਲੈਜਿਸਲੇਸ਼ਨ ਨਾ ਕਿ ਡੈਮੋਕ੍ਰੈਟ ਨਾ ਰਿਪਬਲਿਕਨਸ ਦੀ ਹੈਗੀ, ਇਹ ਲੋਕਾਂ ਦੀ ਲੈਜਿਸਲੇਸ਼ਨ ਹੈ। ਵੋਟ ਪਾਉਣ ਦਾ ਅਧਿਕਾਰ ਲੋਕਾਂ ਦਾ ਅਧਿਕਾਰ ਹੈ, ਨਾ ਕਿ ਕਿਸੇ ਪੋਲੀਟੀਸ਼ੀਅਨ ਦਾ ਜਾਂ ਗਵਰਨਮੈਂਟ ਦਾ। ਗਵਰਨਮੈਂਟ ਅਤੇ ਪੋਲੀਟੀਸ਼ੀਅਨਸ ਤਾਂ ਵੋਟ ਦੇ ਅੱਗੇ ਘੁਟਨੇ ਟੇਕਦੇ ਹੈ, ਅਤੇ ਉਹ ਵੋਟ ਤੁਹਾਡੇ ਹੱਥ 'ਚ ਹੈਗੀ। ਸੋ ਹੁਣ ਤੁਸੀਂ ਡਿਸਾਈਡ ਕਰੋ, ਭਾਵੇਂ ਤੁਸੀਂ ਡੈਮੋਕ੍ਰੈਟ ਹੋ ਜਾਂ ਰਿਪਬਲਿਕਨ, ਕਿ ਵੋਟ ਪਾਉਣ ਦਾ ਅਧਿਕਾਰ ਕਿਹਨਾਂ ਨੂੰ ਹੋਣਾ ਚਾਹੀਦਾ, ਅਤੇ ਉਸ ਅਧਿਕਾਰ 'ਤੇ ਰੋਕ ਕਿੰਨੀ ਕੁ ਹੋਣੀ ਚਾਹੀਦੀ ਹੈ। ਬਹੁਤ ਫਾਈਨ ਲਾਈਨ ਆਪਾਂ ਕਹਿ ਸਕਦੇ ਹਾਂ ਸਪਰੈਸ਼ਨ ਦੇ ਵਿੱਚ ਅਤੇ ਫਰੋਡ ਦੇ ਵਿੱਚ। ਵੋਟਰ ਫਰੋਡ ਦੇ ਐਵੀਡੈਂਸ ਬੈਕਡ ਇਗਜ਼ਾਮਪਲਸ, ਕੋਈ ਸਬੂਤ ਦੇ ਨਾਲ ਜੁੜੇ ਹੋਏ ਵੋਟਰ ਫਰੋਡ ਨੂੰ ਲੈ ਕੇ ਇੰਸਟੈਂਸਿਸ ਅਜੇ ਤੱਕ ਨਹੀਂ ਅੱਗੇ ਆਏ, ਖਾਸ ਕਰਕੇ ਨਵੰਬਰ 2020 ਇਲੈਕਸ਼ਨ ਦੇ ਵਿੱਚ। ਅਗਰ ਤੁਹਾਡੇ ਕੋਲ ਕੋਈ ਸਬੂਤ ਹੈ, ਪਲੀਜ਼ ਸਾਨੂੰ ਦੱਸੋ, ਆਪਾਂ ਖੁੱਲ੍ਹ ਕੇ ਉਸ ਚੀਜ਼ ਦੀ ਗੱਲ ਕਰਾਂਗੇ। ਬਟ ਅੱਜ ਦੀ ਡੇਟ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਪੂਰੇ ਕੌਨਫੀਡੈਂਸ ਦੇ ਨਾਲ, ਜਿਸ ਤਰ੍ਹਾਂ ਬਾਕੀ ਮੀਡੀਆ ਕਹਿ ਰਿਹਾ ਹੈ, ਕਿ ਅੱਜ ਦੀ ਡੇਟ ਦੇ ਵਿੱਚ ਵੋਟਰ ਫਰੋਡ ਨੂੰ ਲੈ ਕੇ ਕੋਈ ਵੱਡੇ ਲੈਵਲ ਦੀ ਇਗਜ਼ਾਮਪਲਸ ਐਵੀਡੈਂਸ ਨਹੀਂ ਹੈਗਾ। ਸੋ ਫਰੋਡ ਨੂੰ ਅਗਰ ਤੁਸੀਂ ਇੱਕ ਪਾਸੇ ਰੱਖ ਦਿਓ, ਫਿਰ ਤਾਂ ਸਪਰੈਸ਼ਨ ਹੋਇਆ। ਅਗਰ ਤੁਸੀਂ ਕਿਸੇ ਨੂੰ ਵੋਟ ਪਾਉਣ ਤੋਂ ਰੋਕ ਰਹੇ ਹੋ, ਸਾਨੂੰ ਇੱਥੇ ਇਹ ਪੁੱਛਣਾ ਚਾਹੀਦਾ ਕਿਉਂ। ਇਸ ਪ੍ਰੋਗਰਾਮ ਦੀ ਮੈਂ ਸਮਾਪਤੀ ਸਿਰਫ ਇੱਕ ਛੋਟੀ ਜਿਹੀ ਚੀਜ਼ ਦੇ ਨਾਲ ਕਰਾਂਗੀ। ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇਸ ਦੁਨੀਆ ਦੇ ਵਿੱਚ। ਇੱਕ ਇਹੋ ਜਿਹੇ ਹੁੰਦੇ ਹੈ ਕਿ ਉਹ ਮਿਹਨਤ ਦੇ ਨਾਲ ਇੱਕ ਸੀੜੀ ਚੜ੍ਹਦੇ ਹੈ, ਅਤੇ ਸੀੜੀ 'ਤੇ ਉੱਤੇ ਜਾ ਕੇ ਉਹ ਆਪਣਾ ਹੱਥ ਦੇ ਦਿੰਦੇ ਹੈ ਦੂਜੇ ਨੂੰ, ਜੋ ਉਹਨਾਂ ਦੇ ਪਿੱਛੇ ਹੁੰਦਾ ਕਿ ਆ ਜਾ, ਤੂੰ ਵੀ ਆ ਜਾ ਉੱਤੇ ਚੜ੍ਹ। ਦੂਜੇ ਟਾਈਪ ਦੇ ਲੋਕ ਇੱਦਾਂ ਦੇ ਹੁੰਦੇ, ਉਹ ਵੀ ਮਿਹਨਤ ਕਰਦੇ, ਉਹ ਵੀ ਸੀੜੀ ਚੜ੍ਹਦੇ ਆ, ਬਟ ਉਹ ਜਦੋਂ ਟੌਪ 'ਤੇ ਪਹੁੰਚਦੇ, ਉਹ ਸੀੜੀ ਹੀ ਖਿੱਚ ਲੈਂਦੇ ਆ ਕਿ ਕੋਈ ਮੇਰੇ ਪਿੱਛੇ ਨਾ ਗਿਆ ਹੈ, ਕਿ ਮੈਂ ਤੋਂ ਅੱਗੇ ਕੋਈ ਨਾ ਆਏ, ਕਿ ਮੈਂ ਮਿਹਨਤ ਕੀਤੀ, ਮੈਂ ਇੱਥੇ ਪਹੁੰਚਿਆ ਆਪਣੇ ਬਲਬੂਤੇ 'ਤੇ, ਮੈਂ ਨਹੀਂ ਚਾਹੁੰਦਾ ਕੋਈ ਹੋਰ ਆ ਕੇ ਮੇਰੀ ਜਗ੍ਹਾ ਲੈ ਲੈ। ਸੋ ਵੋਟਿੰਗ ਦੇ ਨਾਲ, ਖਾਸ ਕਰਕੇ ਸਾਡੇ ਲਈ ਇੱਕ ਇਮੀਗ੍ਰੈਂਟ ਕਮਿਊਨਿਟੀ ਹੋਣ ਦੇ ਨਾਤੇ, ਅਸੀਂ ਤਾਂ ਇਮੀਗ੍ਰੈਂਟ ਵੀ ਨਹੀਂ, ਆਪਾਂ ਤਾਂ ਮਾਈਨੋਰਿਟੀ ਦੇ ਵੀ ਮਾਈਨੋਰਿਟੀ ਹਾਂ, ਪੰਜਾਬੀ ਸਿੱਖ ਕਮਿਊਨਿਟੀ ਦੀ ਅਗਰ ਤੁਸੀਂ ਗੱਲ ਕਰਦੇ ਹੋ। ਇਸ ਕਮਿਊਨਿਟੀ ਦੀ ਕੀ ਸੋਚ ਹੋਣੀ ਚਾਹੀਦੀ ਹੈ ਜਦੋਂ ਸਿਵਲ ਰਾਈਟਸ, ਖਾਸ ਕਰਕੇ ਵੋਟਿੰਗ ਰਾਈਟਸ ਦੀ ਗੱਲ ਆਉਂਦੀ ਹੈ? ਕੀ ਸਾਨੂੰ ਉਹ ਸੋਚ ਅਪਣਾਉਣੀ ਚਾਹੀਦੀ ਹੈ ਕਿ ਅਸੀਂ ਇਹ ਅਧਿਕਾਰ ਲੈ ਲਿਆ, ਅਸੀਂ ਮਿਹਨਤ ਕੀਤੀ, ਅਸੀਂ ਪੈਸੇ ਕਮਾਏ, ਵੱਡੇ ਵੱਡੇ ਆਪਣੇ ਘਰ ਬਣਾ ਲਏ, ਇੱਥੇ ਸਾਨੂੰ ਇੱਥੇ ਦੀ ਸਿਟੀਜ਼ਨਸ਼ਿਪ ਮਿਲ ਗਈ, ਆਪਾਂ ਵੋਟ ਪਾਉਂਦੇ ਹਾਂ, ਇਹ ਅਧਿਕਾਰ ਸਾਡੇ ਕੋਲ ਹੋਣਾ ਚਾਹੀਦਾ ਹੈ? ਅਗਰ ਕੋਈ ਆਪਣੀ ਪਾਰਕਿੰਗ ਟਿਕਟਸ ਨਹੀਂ ਪੇ ਕਰਦਾ, ਜਾਂ ਕਿਸੇ ਨੂੰ ਜੇਲ੍ਹ ਹੋਈ ਹੈ, ਉਹ ਜੇਲ੍ਹ ਤੋਂ ਰਿਹਾਅ ਹੋਇਆ, ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ? ਅਗਰ ਤੁਹਾਡੀ ਇਹ ਸੋਚ ਹੈ, ਦੈਨ ਤੁਹਾਨੂੰ ਪਤਾ ਕਿ ਤੁਸੀਂ ਕਿਹਦੇ ਨਾਲ ਲਾਈਨ ਹੁੰਦੇ। ਅਗਰ ਤੁਹਾਡੀ ਇਹ ਸੋਚ ਹੈ ਕਿ ਮੈਨੂੰ ਵੀ ਮੌਕਾ ਮਿਲਿਆ ਇਸ ਕੰਟਰੀ ਦੇ ਵਿੱਚ ਆ ਕੇ ਇੱਕ ਨਵੀਂ ਲਾਈਫ, ਇੱਕ ਵਧੀਆ ਲਾਈਫ ਬਣਾਉਣ ਦਾ, ਇੱਥੇ ਸੈਟਲ ਹੋਣ ਦਾ, ਹੋਰਾਂ ਨੂੰ ਵੀ ਇਹ ਅਧਿਕਾਰ ਹੋਣਾ ਚਾਹੀਦਾ, ਫਿਰ ਤੁਹਾਨੂੰ ਪਤਾ ਤੁਸੀਂ ਦੂਜੀ ਸਾਈਡ 'ਤੇ ਲਾਈਨ ਹੁੰਦੇ ਹੋ। ਈਦਰ ਵੇ, ਇਹ ਨਹੀਂ ਜ਼ਿਆਦਾ ਮਾਇਨੇ ਰੱਖਦਾ ਤੁਸੀਂ ਕਿਸ ਸਾਈਡ 'ਤੇ ਲਾਈਨ ਹੁੰਦੇ ਹੋ। ਸਾਡਾ ਤਾਂ ਇਹੀ ਪ੍ਰੀਚਾ ਹਮੇਸ਼ਾ ਹੁੰਦਾ, ਮੈਂ ਹਮੇਸ਼ਾ ਬ੍ਰੋਕਨ ਰੈਕਡ ਦੀ ਤਰ੍ਹਾਂ ਸਾਊਂਡ ਕਰਦੀ ਹਾਂ ਕਿ ਇੱਥੇ ਦੀ ਜਾਣਕਾਰੀ ਪਾਓ, ਭਾਵੇਂ ਤੁਸੀਂ ਡੈਮੋਕ੍ਰੈਟ, ਰਿਪਬਲਿਕਨ, ਇੰਡੀਪੈਂਡੈਂਟ, ਡਜ਼ਨਟ ਮੈਟਰ, ਲੇਕਿਨ ਜ਼ਰੂਰ ਇੱਥੇ ਦੇ ਸਿਸਟਮ ਨੂੰ ਸਮਝੋ ਅਤੇ ਇਨਵੋਲਵ ਹੋਵੋ, ਵੋਟ ਪਾਓ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇਸ ਸ਼ੋਅ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ, ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।